ਕਿਸੇ ਔਰਤ ਦੇ ਨਾਲ ਤੁਹਾਡੇ ਸਬੰਧ ਸੀ ਉਹ ਤੁਹਾਡੀ ਦੂਜੀ ਪਤਨੀ ਸੀ ਗੋਰੀ ਸੀਗੀ ਤੇ ਉਹ ਤੁਹਾਡਾ ਪੁੱਤਰ ਹੈ ਤੈਨੂੰ ਖਬਰ ਦਾ ਲੱਗਾ ਕਿਦਾਂ ਪਤਾ ਕਿੱਥੋਂ ਇਹ ਪਈ ਰਵੀ ਸਿੰਘ ਤੋਂ ਬਾਅਦ ਰਵੀ ਸਿੰਘ ਦਾ ਬੇਟਾ ਦੇਖੂਗਾ ਖਾਲਸਾ ਏ ਇਦਾਂ ਇਹ ਭਾਈ ਸਾਹਿਬ ਇਹ ਸਿਸਤ ਨਹੀਂ ਚੱਲਦੇ ਇੱਥੇ ਇਸੇ ਪੰਜਾਬ ਚ ਕੌਮ ਭੁੱਖੀ ਮਰਦੀ ਰਹੀ ਤੇ ਰਵੀ ਸਿੰਘ ਪੂਰੀ ਦੁਨੀਆ ਚ ਜਾ ਕੇ ਲੰਗਰ ਵਰਤਾਉਂਦੇ ਰਹੇ ਹੈ ਮжоਰਿਟੀ ਪੈਸਾ ਰਵੀ ਸਿੰਘ ਬਾਹਰਲੇ ਪਾਸੇ ਰੱਖਦੇ ਪੰਜਾਬ ਚ ਬਹੁਤ ਨਾਮਾਤਰ ਪੈਸਾ ਹੁੰਦਾ ਹੈ ਅਸੀਂ ਸੰਗਤ ਨੂੰ ਜ਼ਬਰਦਸਤੀ ਫੜ ਕੇ ਲਿਆਉਂਦੇ ਵੀ ਤੁਸੀਂ ਪੰਜਾਬ ਦੇ ਪੈਸੇ ਦਿਓ ਕਿਸੇ ਬਾਹਰਲੇ ਦੋਸਤ ਸੰਗਤ ਆਪੇ ਹੀ ਡੋਨੇਟ ਕਰਦੀ ਆ ਜੇ ਖਾਲਸੇ ਦੇ ਨਾਂ ਤੇ ਪੈਸਾ ਲਿਆ ਤੇ ਪਹਿਲਾਂ ਖਾਲਸਾ ਸੁਭਾਲ ਲਓ ਅਸੀਂ ਲੰਗਰ ਨਹੀਂ ਛਕਾਉਂਦੇ ਤੁਸੀਂ ਸਾਰੇ ਗੁਰਦਵਾਰੇ ਸਾਹਿਬ ਪੰਜਾਬ ਚ ਲਾਦਾ ਨੋਟਿਸ ਇੰਡੀਆ ਦੇ ਵਿੱਚ ਇੱਥੇ ਬਸ ਥੱਲੇ ਸਿੱਖਾਂ ਦੇ ਲੰਗਰ ਆ ਅਸੀਂ ਵੀ ਚੇਂਜ ਕਰ ਦਿੰਦੇ ਤੇ ਆਪਦੇ ਘਰ ਚ ਜੇ ਦਿੱਕਤ ਹੈ ਤਾਂ ਪਹਿਲਾਂ ਆਪਦਾ ਘਰ ਸੁਭਾਲ ਲਓ ਬਾਅਦ ਵਿੱਚ ਦੂਜੇ ਦੀ ਵੀ ਕਰ ਲਿਓ ਬਾਅਦ ਦੇ ਵਿੱਚ ਕਰ ਲਿਓ ਮੋਟੀਆਂ ਤਨਖਾਹਾਂ ਲੈਂਦੇ ਰਵੀ ਸਿੰਘ ਆਮ ਜਾਂ ਸਧਾਰਨ ਮੁੰਡਾ ਸੀ ਛੋਟਾ ਜਿਹਾ ਘਰ ਸੀ ਅੱਜ ਕਰੋੜਾਂ ਦੀਆਂ ਕਾਰਾਂ ਕਰੋੜਾਂ ਕੋਠੀਆਂ ਲਵਿਸ਼ ਜ਼ਿੰਦਗੀ ਜਿੰਦੇ ਆ ਖਾਲਸਾ ਈਟ ਦੇ ਸਰਤੇ ਜੀ ਵੀ ਸਕਦੇ ਆ ਜੇ ਜੀਣੀ ਹੋਵੇ ਜੀ ਸਕਦੇ ਆ ਸੰਗਤ ਇੰਨੀ ਜਾਲੂ ਤਾਂ ਵੀ ਪੈਸੇ ਦੇ ਦੇਗੀ ਉਹ ਹੀ ਬੰਦੇ ਸਾਨੂੰ ਕਹਿੰਦੇ ਨਾ ਉਹ ਜਾ ਕੇ ਜਫੀਆਂ ਪਾਉਂਦੇ ਲੋਕਾਂ ਨੂੰ ਉੱਥੇ ਪਿੱਛੇ ਬਾਬਿਆਂ ਨੂੰ ਜਿਹੜੇ ਕਰੋੜਪਤੀ ਆ ਉਹਨੂੰ ਵੀ ਸਵਾਲ ਨਹੀਂ ਪੁੱਛਣਾ ਫੇ ਤੁਹਾਡੇ ਅਕਾਊਂਟ ਕਿੱਥੇ ਹਰ ਸਾਫ ਖਾਲਸਾ ਦੇ ਉਂਗਲ ਛਾਈ ਜਾਣੀ ਜੀ ਕਿ ਕਹ ਰਹੇ ਹੋ ਕਿ ਪਹਿਲਾਂ ਜਾ ਕੇ ਗਵਰਨਮੈਂਟਸ ਨੂੰ ਤੇ ਬਾਕੀ ਆਰਗੇਨਾਈਜੇਸ਼ਨ ਨੂੰ ਸਵਾਲ ਕੀਤਾ ਜਾਵੇ ਉਹਨਾਂ ਨੂੰ ਸਵਾਲ ਉਹਨਾਂ ਵਾਸਤੇ ਕੀਤਾ ਜਾਊਗਾ ਰਵੀ ਸਿੰਘ ਜੀ ਐਸਜੀਪੀਸੀ ਜਾਂ ਸਰਕਾਰ ਜਾਂ ਹੋਰ ਜਥੇਬੰਦੀਆਂ ਨੂੰ ਵੀ ਸਵਾਲ ਹੋਣਗੇ ਪਰ ਉਹ ਜਥੇਬੰਦੀਆਂ ਕਿਤੇ ਹੋਰ ਜਾ ਕੇ ਪੈਸਾ ਨਹੀਂ ਲਾ ਰਹੀਆਂ ਨਾ ਉਹ ਸਿਰਫ ਪੰਜਾਬ ਚ ਜਾਂ ਫਿਰ ਸਿੱਖ ਪੰਥ ਦੇ ਉੱਤੇ ਹੀ ਪੈਸਾ ਲਾ ਰਹੀਆਂ ਤਾਂ ਫਿਰ ਸਿੱਖ ਪੰਥ ਤੇ ਪੰਜਾਬ ਪਿੱਛੇ ਕਿੱਦਾਂ ਹੋ ਗਿਆ ਇਹਨਾਂ ਸਾਲ ਦੱਸੋ ਤੁਸੀਂ ਖਾਲਸਾ ਰਾਜ ਦੀ ਮੰਨਸ਼ਾ ਰੱਖਦੇ ਹੋ ਖਾਲਸਾ ਰਾਜ ਦੀ ਕੌਣ ਹੀ ਮੰਗਦਾ ਕੌਣ ਨਹੀਂ ਕੌਣ ਨਹੀਂ ਮੰਗਦਾ ਖਾਲਸਾ ਰਾਜ ਕਾਲ ਆਨਰ ਦੇਖ ਰਹੇ ਹੋ ਮੈਂ ਹਾ ਸਿਮਰਨ ਜੋਤ ਸਿੰਘ ਮੱਕੜ ਬਹੁਤ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਵਾਲ ਉੱਠ ਰਹੇ ਹੈ ਰਵੀ ਸਿੰਘ ਖਾਲਸਾ ਈਡ ਦੇ ਬਾਨੀ ਨੇ ਉਹਨਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਕੁਝ ਲੋਕਾਂ ਦੇ ਵੱਲੋਂ ਕਹੀਆਂ ਗਈਆਂ ਜਿਸ ਤੋਂ ਬਾਅਦ ਜਵਾਬ ਪੰਥ ਦੇ ਅੱਗੇ ਕੌਮ ਦੇ ਅੱਗੇ ਸੰਗਤ ਦੇ ਅੱਗੇ ਉਹਨਾਂ ਦੇ ਵੱਲੋਂ ਦੇਣੇ ਲਾਜ਼ਮੀ ਬਣਦੇ ਸੀ ਇਸ ਕਰਕੇ ਅੱਜ ਕੋਸ਼ਿਸ਼ ਕੀਤੀ ਅਸੀਂ ਕਿ ਰਵੀ ਸਿੰਘ ਹੋਣਾ ਦੇ ਨਾਲ ਉਹ ਤਮਾਮ ਸਵਾਲ ਕਰੀਏ ਜੋ ਸੰਗਤ ਉਹਨਾਂ ਤੋਂ ਉੱਚਣਾ ਚਾਹੁੰਦੀ ਐ ਅਸੀਂ ਉਹ ਜ਼ਰੀਆ ਬਣੀ ਐ ਕਿ ਸੰਗਤ ਦੇ ਸਵਾਲ ਆ ਜੋ ਉਹਨਾਂ ਤੱਕ ਲੈ ਕੇ ਆਈਏ ਸਾਡੇ ਨਾਲ ਰਵੀ ਸਿੰਘ ਖਾਲਸਾ ਏਡ ਦੇ ਬਾਨੀ ਮੌਜੂਦ ਨੇ ਬਹੁਤ ਸਵਾਗਤ ਹੈ ਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਵਾ ਭਾਈ ਗੁਰਜੀ ਕੀ ਫਤਿਹ ਜੀ ਤੁਸੀਂ ਇੱਕ ਤਸਵੀਰ ਸ਼ੇਅਰ ਕੀਤੀ ਪੁਰਾਣੇ ਸਮਿਆਂ ਦੀ ਥੋੜੀ ਕਿ ਤੁਸੀਂ ਸਿੰਘ ਨਹੀਂ ਸਜੇ ਸੀ ਉਦੋਂ ਮੈਂ ਸ਼ੁਰੂਆਤ ਤੁਹਾਡੀ ਨਿੱਜੀ ਜ਼ਿੰਦਗੀ ਤੋਂ ਉੱਥੋਂ ਕਰਨਾ ਚਾਹੁੰਦਾ ਕਿ ਇਹ ਕਦੋਂ ਦੀ ਤਸਵੀਰ ਸੀ ਔਰ ਫਿਰ ਤੁਸੀਂ ਕਦੋਂ ਖਾਲਸਾ ਸਜੇ ਹੋ ਜਾਂ ਕਦੋਂ ਸਿੰਘ ਸਜੇ ਹੋ ਹਾਂਜੀ ਉਹ ਜਿਹੜੀਆਂ ਤਸਵੀਰਾਂ ਮੇਰੇ ਖਿਆਲ ਰਿਹਾ ਉਸ ਵੇਲੇ ਮੇਰੀ ਉਮਰ ਹੋਣੀ ਆ 20 21 ਸਾਲ ਦੀ ਉਹ ਸੀਗੀ 19 1990 1990 ਸੀਪਰਸ ਇੰਸੀਗੀਆਂ ਫੋਟੋ ਆ ਤੇ ਉਸ ਵੇਲੇ ਪਹਿਲਾਂ ਵੀ ਅਸੀਂ ਬਾਗੀਵਾਨ ਦੇ ਸੀ ਸਿੰਘੀ ਸੀਗੇ ਯੰਗ ਹੁੰਦੇ ਸੀਗੇ ਤਾਂ ਫੇਰ ਇਧਰ ਮੜ ਜੇ ਦੂਜੇ ਪਾਸੇ ਪਾਸੇ ਗਲਤ ਕੰਮਾਂ 'ਚ ਪਾ ਗਏ ਤੇ ਗੌ ਰੋਂਗ ਸੰਗਤ 'ਚ ਪਾ ਗਏ ਤੁਹਾਨੂੰ ਪਤਾ ਇੱਥੇ ਨੌਜਵਾਨੀ ਦੇ ਵਿੱਚ ਕਿੰਨਾ ਮੜ ਜਾ ਫਈ ਅ ਇਹ ਕਿਨਪਰ ਯਾਰ ਪੰਜਾਬ ਤੋਂ ਸਾਡੇ ਵਾਂਗ ਆਇਆ 12 ਸਾਲ ਦਾ ਫੇ ਕੋਈ ਬੋਲੀ ਨਹੀਂ ਆਈ ਕੁਛ ਨਹੀਂ ਆਇਆ ਤੇ ਯੰਗ ਹੁੰਦੇ ਆ ਤੇ ਨਾ ਸਮਝਾਇਆ ਗਿਆ ਪੇ ਰੀਲੀਪ ਅਸੀਂ ਸਾਡੇ ਪਾਗ ਕਿਉਂ ਬੰਨਦੇ ਸਾਡਾ ਰੀਜ਼ਨ ਕੀ ਬਿਹਾਈਂਡ ਆ ਪਿੱਛੇ ਕੀ ਹੈ ਦਾ ਰੀਜ਼ਨ ਆ ਜਿਹਦਾ ਕਈ ਨੌਜੋਨ ਇੱਥੇ ਹੈਗੇ ਆ ਪੁੱਛੋ ਤੁਹਾਡਾ ਕੀ ਰੀਜ਼ਨ ਆ ਤੁਸੀਂ ਪਾਗ ਬੰਨਿਓ ਜੀ ਸਿੰਘ ਸਜਿਓ ਮੋਸਟਲੀ ਜਿਹੜੇ ਇੱਥੇ ਆ ਉਹ ਤੁਹਾਨੂੰ ਦੱਸੂਗੇ ਕੀ ਰੀਜ਼ਨ ਉਹਨਾਂ ਦਾ ਪਰ ਅਸਲੀ ਰੀਜ਼ਨ ਸਾਨੂੰ ਪਤਾ ਨਹੀਂ ਕਿ ਕੀ ਸੀਗਾ ਕੀ ਨਹੀਂ ਸੀਗਾ ਉਦਾਂ ਹੀ ਕਿਉਂ ਸਾਡੇ ਡੈਡੀ ਨੇ ਰੱਖੀ ਸਾਡੇ ਪਰਦਾਦੇ ਨੇ ਬਾਬੇ ਨੇ ਰੱਖੀ ਜੇ ਜਦੋਂ ਸਾਨੂੰ ਲੱਗਾ ਪਤਾ ਜਦੋਂ ਮੈਂ ਮੋਨਾ ਸੀਗਾ ਤੇ ਐਸ਼ਾ ਹੀ ਕਰਦੇ ਸੀ ਕਹ ਲੋ ਸਾਰੇ ਪਾਸੇ ਤੇ 96 97 ਦੇ ਵਿੱਚ ਇੱਕ ਮੈਂ ਕਿਤਾਬ ਖਰੀਦੀ ਸੀਗੀ ਇੱਥੋਂ ਕੋਈ ਕਾਨਫਰੰਸ ਚੱਲਦੀ ਸੀ ਸਾਫ ਗੁਰਦੁਆਰਾ ਚਾਨਕੀ ਮਤ ਉਹਦਾ ਆਪਣੀ ਕਮਿਊਨਿਟੀ ਕਾਫੀ ਦੂਰ ਸੀਗਾ ਉਹ ਕਿਤਾਬ ਸੀਗੀ ਜਿੱਦਾਂ ਤੇ ਇੰਨੀ ਕ ਵੱਡੀ ਕਿਤਾਬ ਸੀਗੀ ਉੱਥੇ ਲਿਖਿਆ ਸੀਗਾ ਇੰਡੀਆ ਕਿਲਸ ਦ ਸਿੱਖਸ ਉਹਦੇ ਵਿੱਚ ਨਿੱਕੇ ਨਿੱਕੇ ਬਲੈਕ ਐਂਵਲ ਫੋਟੋਆਂ ਸੀਗੀਆਂ ਨਿੱਕੀਆਂ ਨਿੱਕੀਆਂ ਸਿੰਘਾਂ ਜਿਹੜੇ ਸਿੰਘ ਸ਼ਹੀਦ ਹੋ ਗਏ ਸੀਗੇ ਉਹਨੀਆਂ ਪੰਨੇ ਇੱਕ-ਇੱਕ ਪੇਜ ਤੇ ਪੰਨੇ 20-25 ਫੋਟੋ ਹੋਣੀਆਂ ਬਲੈਕ ਐਂਡ ਵਾਈਟ ਤੇ ਉਦੋਂ ਮੈਂ ਜਿੱਦਾਂ ਤੁਹਾਨੂੰ ਕਿਹਾ ਬਹੁਤ ਦੂਰ ਸਿਗਾ ਕਲੱਬਿੰਗ ਜਾਣਾ ਪੱਬਿੰਗ ਜਾਣਾ ਖਾਣਾ ਪੀਣਾ ਸਾਰਾ ਕੁਝ ਜਾਲਾ ਵੀ ਸ਼ਕੀਨ ਵੀ ਰਹਿਣਾ ਕੱਪੜਿਆਂ ਦੇ ਉੱਪਰ ਸਾਰਾ ਕੁਝ ਤੇ ਉਦੋਂ ਮੈਂ ਜਦੋਂ ਕਿਤਾਬ ਖੋਲੀ ਅਚਾਨਕ ਹੀ ਉਸ ਸਾਢੇ 10 ਹੋਏ ਰਾਤ ਦੇ ਮੈਂ ਇਹਦਾ ਕਿਤਾਬ ਖੋਲੀ ਤੇ ਉਹ ਅਚਾਨਕ ਹੀ ਇੱਕ ਚਿਹਰਾ ਦਿਸਿਆ ਮੈਂ ਅੱਖਾਂ ਵਿਚાળ ਲਈਆਂ ਮੈਂ ਤੇ ਮੈਂ ਕਿ ਅੱਖਾਂ ਲੱਗਦੀਆਂ ਜਿਦਾ ਮੈਨੂੰ ਬਹੁਤ ਚਿਰ ਦੀਆਂ ਜਾਣਦੀਆਂ ਤੇ ਮੈਂ ਦੇਖੇ ਨੰਬਰ ਨੰਬਰ ਜਾਂ ਨੰਬਰ 3 ਫੋਟੋ ਉਹ ਮੈਚ ਕੀਤਾ ਥੱਲੇ ਉਹ ਲਿਖਿਆ ਚਰਨਦੀਪ ਸਿੰਘ ਚੰਨੀ ਪਿੰਡ ਮੁੰਡੀਆਂ ਜੱਤਾ ਹਸ਼ਿਆਰਪੁਰ ਉਹ ਸਾਡਾ ਬਚਪਨ ਦਾ ਦੋਸਤ ਹੁੰਦਾ ਸੀਗਾ ਮੇਰੇ ਇੱਥੇ ਆਉਣ ਤੋਂ ਪਹਿਲਾਂ ਅਸੀਂ ਬਹੁਤ ਇਕੱਠੇ ਦੇਨ ਦਿਹਾੜੀ ਰਹਿਣਾ ਖੇਲਣਾ ਹਸਤਾ ਕਰਨੀਆਂ ਪਿੰਡ 'ਚ ਇੱਥੇ ਆ ਕੇ ਜਿੱਦਾਂ ਪਈ ਸਾਰੀ ਜ਼ਿੰਦਗੀ ਇੱਧਰ ਬਦਲ ਗਈ ਪਿੱਛੇ ਗਿਆ ਨਹੀਂ ਮੋੜ ਕੇ ਤੇ ਮੈਨੂੰ ਬੜੀ ਸੱਟ ਲੱਗੀ ਭਈ ਮੈਂ ਇੱਥੇ ਐਸ਼ਾ ਕਰਦਾ ਤੇ ਸਾਡੇ ਮੇਰੇ ਮੇਰਾ ਭਰਾ ਹੀ ਕਹਦਾ ਮੇਰੇ ਭਰਾ ਨੂੰ ਮਾਰ ਦਿੱਤਾ ਉਸ ਵੇਲੇ ਜਦੋਂ ਕੋਈ ਸਿੰਘ ਆਪਣੀ ਦਾੜੀ ਦਾੜੀ ਖੁੱਲੀ ਸੀ ਤੇ ਦਸਤਾਰ ਬੰਦਾ ਸੀਗਾ ਤੇ ਜਦੋਂ ਆਪਣਾ ਇਤਿਹਾਸ ਸਿੱਖਿਆ ਕੀ ਹੋਇਆ ਉਸ ਵੇਲੇ ਪਈ ਜਿਹੜੇ ਪਈ ਸ਼ੂਟ ਟੂ ਕਿਲ ਫਿਰ ਝੂਠੇ ਕਾਊਂਟਰ ਕੀਤੇ ਪੁਲਿਸ ਨੇ ਉਹਨਾਂ ਵਿੱਚੋਂ ਇੱਕ ਸਾਡਾ ਚੰਨਾ ਨਿਕਲਿਆ ਤੇ ਉਦੋਂ ਰਾਤੋਂ ਰਾਤ ਫਿਰ ਮੈਂ ਦੂਜੇ ਦਿਨ ਮੈਨੂੰ ਨੀਂਦ ਨਹੀਂ ਸਾਰੀ ਰਾਤ ਆਈ ਮੈਂ ਫਿਰ ਆਪਣੀ ਮੰਮੀ ਨੂੰ ਫੋਨ ਕੀਤਾ ਮੇਰੇ ਖਿਆਲ 11:00 ਵਜੇ 11:30 ਮੈਂ ਕਿਹਾ ਚੰ ਉਹ ਇੰਡੀਆ ਰਹਿੰਦੇ ਸੀ ਹਾਂਜੀ ਇੰਗਲੈਂਡ ਇੰਗਲੈਂਡ ਤੇ ਮਹਿਫੂਦ ਉਹ ਇੰਗਲੈਂਡ ਹੀ ਸੀ ਤੁਹਾਡੇ ਮਦਰ ਇੰਗਲੈਂਡ ਹੋਣੀ ਇੰਗਲੈਂਡ ਮੈਂ ਲੰਡਨ ਦਾ ਸੀਗਾ ਇੱਥੇ ਇੰਗਲੈਂਡ ਦੂਜੇ ਸ਼ਹਿਰ ਜਿਹੜੇ ਰਹਿੰਦੇ ਸੀਗੇ ਤੇ ਮਹਿਫੂਦ ਕੀਤਾ ਮੈਂ ਕਿਹਾ ਚੰਨੀ ਨੂੰ ਫੋਨੇ ਮਾਰ ਦਿੱਤਾ ਉਹ ਕਹਿੰਦੇ ਉਹ ਤਾਂ 1900 ਜਿੱਦਾ ਪਈ ਟੀਚ ਮਾਰ ਦਿੱਤਾ ਮੈਂ ਕਿਹਾ ਦੱਸਿਆ ਨਹੀਂ ਕਿ ਤੂੰ ਤਾਂ ਵੱਡਾ ਗੋਰਾ ਗੋਰਾ ਬਣਿਆ ਹੋਇਆ ਤਾਂ ਤੈਨੂੰ ਕੀ ਆ ਫੋਨ ਰੱਖ ਦਿੱਤਾ ਬੜੀ sadness ਲੱਗੀ ਮੈਨੂੰ ਉਹ ਰਾਤੋਂ ਰਾਤ ਵੇ ਪਈ ਦੇਖੋ ਭਈ ਮੈਨੂੰ ਫੇਰ ਜਿੱਦਾਂ ਹਰ ਹਰ ਚੀਜ਼ ਅਸੀਂ ਇਕੱਠੇ ਖੇਲੇ ਬੰਨਤੇ ਖੇਲੇ ਉਹ ਤਾਂ ਗੀਤੀਆਂ ਸਾਰਾ ਪਿੰਡ ਦਾ ਸਾਰਾ ਯਾਦ ਆ ਗਿਆ ਫੇਰ ਦੂਜੇ ਦਿਨ ਮੈਂ ਇੱਕ ਮੇਰੇ ਕੋ ਸਿਗਾ ਸਾਫਾ ਸਿਗਾ ਮੇਰੇ ਖਾਲ 2 ਕਿਲੋ ਦਾ ਉਹ ਮੈਂ ਬੰਨ ਕੇ ਚਲ ਗਿਆ ਕੰਮ ਤੇ ਸਾਰੇ ਆੜ ਦੇ ਗੋਰੇ ਹੀ ਸੀਗੇ ਤੇ ਉਹ ਕਹਿੰਦੇ ਉਹ ਮਿਸ ਤੂੰ ਰਵੀ ਸਿੰਘ ਕੇ ਦਾਇ ਕਿਦਾ ਪੈ ਤੂੰ ਬੰਨ ਕੇ ਆ ਗਿਆ ਮੈਂ ਕਿਹਾ ਹਾਂ ਮੈਂ ਕਿਹਾ ਹੁਣ ਚੇਂਜ ਥੋੜੀ ਹੋਈ ਔਰ ਰਾਤੋਂ ਰਾਤ ਤੇ ਮੈਂ ਹੁਣ ਇੱਥੇ ਉਦੋਂ ਦੇ ਮੈਂ ਮੁੜ ਕੇ ਸਾਫਾ ਬੰਨ ਕੇ ਫਿਰ ਦਸਤਾਰ ਬੰਨ ਲਈ ਮੁੜ ਕੇ ਲਾਈ ਨੀ ਦਸਤਾਰ ਕਿਹੜੇ ਕਿਹੜੇ ਸਾਲ ਦੀ ਗੱਲ ਹੈ ਰਵੀ ਸਿੰਘ ਜੀ ਇਹ 90s 97 ਦੀ ਗੱਲ ਆ ਤੇ ਤਾਂ 84 ਮੈਂ ਮੈਂ ਮੇਰਾ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ 84 ਤੋਂ ਲੈ ਕੇ 97 96 97 ਤੱਕ ਕਿਉਂਕਿ 95 ਚ ਬਿਆਨ ਸਿੰਘ ਦਾ ਵੀ ਅਸੈਸੀਨੇਸ਼ਨ ਹੁੰਦਾ ਹੈ ਭਾਈ ਹਵਾਰੇ ਹੁਣੇ ਉਹਨੂੰ ਮਾਰ ਦਿੰਦੇ ਆ ਭਾਈ ਦਲਾਵਰ ਸਿੰਘ ਹੁਣੇ ਮਾਰ ਦਿੰਦੇ ਇੰਨੇ ਸਾਲ ਤੁਸੀਂ ਸੁਰਖਰੂ ਰਹੇ ਤੁਹਾਨੂੰ ਇੰਨਾਂ ਸਾਰੀਆਂ ਗੱਲਾਂ ਦਾ ਪਤਾ ਹੀ ਨਹੀਂ ਸੀ ਹਾਂਜੀ ਹਾਂਜੀ 84 ਤੋਂ ਲੈ ਕੇ 5 10 84 ਲੈ ਕੇ 90 ਤੱਕ ਇੱਥੇ ਸਾਡੇ ਸਲਾਹ ਗੁਰਦੁਆਰਾ ਬਹੁਤ ਐਕਟਿਵ ਹੁੰਦਾ ਸੀਗਾ So 84 ਮਗਰੋਂ ਆਪਣੇ ਜਿੱਦਾਂ ਭਈ ਇੱਥੇ ਕਾਨਫਰੰਸਾਂ ਹੁੰਦੀਆਂ ਸੀਗੀਆਂ ਅਸੀਂ ਸਾਰੇ ਜਾਜ ਦੇ ਸੀਗੇ ਉਹ ਮੇਰੇ ਕੇਸ ਕਤਲ ਤੋਂ ਪਹਿਲਾਂ 89 ਤੋਂ ਪਹਿਲਾਂ ਸੋ 84 ਤੋਂ 89 ਕੇਸ ਤੁਸੀਂ 89 'ਚ ਕਤਲ ਕਰਾਏ 89 88 89 ਜਦੋਂ ਮੈਂ 에ਅਰ ਫੋਰਸ ਜੁਨ ਕਰਵਾਇਆ ਸੀ ਉੱਥੇ ਉਸ ਤੋਂ ਪਹਿਲਾਂ ਤੁਸੀਂ ਕੇਸਾ ਧਾਰੀ ਸੀਗੇ ਤੁਸੀਂ ਤੁਸੀਂ ਕੇਸ ਰੱਖੇ ਹੋਏ ਸੀ ਉਸ ਤੋਂ ਪਹਿਲਾਂ ਜੀ ਮੇਰੀ ਮੇਰੀ ਉਸ ਵੇਲੇ ਕੇਸ ਰੱਖੀ ਸੀ ਮੈਂ 14 ਸਾਲ ਦਾ ਸੀ 84 ਦੇ ਵਿੱਚ ਤੇ ਅਸੀਂ ਕਾਹ ਵੀ ਇੱਥੇ ਜਿਹੜੇ ਹੁਣ ਇੱਥੇ ਸਿੰਘ ਹੈਗੇ ਆ ਪੁਰਾਣੇ ਜ਼ਮਾਨੇ ਦੇ ਉਹਨਾਂ ਅਸੀਂ ਇੱਥੇ ਮਜਾਰਾਂ ਤੇ ਜਾਣਾ ਸੇਵਾ ਕਾਰਨੀ ਲੀਫ ਲੈਣ ਦੇ ਨੇ ਸੰਗਤ ਨਾਲ ਜਿੱਦਾਂ ਪਈ ਸਪੀਚਾਂ 84 ਚ ਮੈਂ ਗੁਰਦਾਰ ਸਪੀਚ ਵੀ ਮਾਰੀ ਇੱਥੇ ਵੀ ਸਾਡੇ ਉੱਪਰ ਕੀ ਹੋ ਰਿਹਾ ਲੋਕਤੰਤਰ ਕਿੱਥੇ ਜਾ ਰਹੀ ਹੈ ਇੰਡੀਆ ਦੇ ਵਿੱਚ ਤੇ 890 ਮਗਰੋਂ ਮੈਂ ਦੂਜੇ ਪਾਸੇ 5-6 ਸਾਲ ਦੂਰ ਹੋ ਗਿਆ ਬਿਲਕੁਲ ਹੀ ਸੰਗਤ ਤੋਂ ਕਮਿਊਨਿਟੀ ਤੋਂ ਦੂਰ ਹੋ ਗਿਆ ਤੇ ਉਹ ਜਿਹੜੇ 5-6 ਸਾਲ ਦੇ ਵਿੱਚ ਜਿੱਦਾਂ ਜੋ ਹੋਇਆ ਮੈਨੂੰ ਕੁਝ ਪਤਾ ਨਹੀਂ ਸੀਗਾ ਕਿਉਂਕਿ ਮੈਂ ਫਿਰ ਦੂਜੇ ਬਿਲਕੁਲ ਹੀ ਕਮਿਊਨਿਟੀ ਤੋਂ ਬਾਹਰ ਚੱਲ ਗਿਆ ਸੀ ਉਸ ਵੇ ਪਰ ਤੁਹਾਨੂੰ 84 ਨੇ ਤੁਹਾਨੂੰ 84 ਨੇ ਜਾਂ 78 ਦੇ ਜਿਹੜਾ ਨਿਰੰਕਾਰੀ ਕਾਂਡ ਨੇ ਜਾਂ ਸੰਤਾਂ ਦੀ ਸ਼ਹਾਦਤ ਨੇ ਕਿਸੇ ਚੀਜ਼ ਨੇ ਮੂਵ ਨਹੀਂ ਕੀਤਾ ਉਦੋਂ ਤੁਸੀਂ 89 ਦੇ ਵਿੱਚ ਕੇਸ ਤੱਕ ਕਤਲ ਕਰਾਤੇ ਕੀ ਉਹਨਾਂ ਉਸ ਦੌਰ ਨੇ ਤੁਹਾਨੂੰ ਮੂਵ ਨਹੀਂ ਕੀਤਾ ਹਾਂਜੀ ਉਸ ਵੇਲੇ ਸੰਗਤ ਸਾਡੀ ਮਾੜੀ ਸੀ ਮੇਰੀ ਪਰਸਨਲੀ ਸੰਗਤ ਬਹੁਤ ਮਾੜੀ ਸੀਗੀ ਤੇ ਸੰਗਤ ਜਿਹੜੀ ਪਈ ਮਿਲ ਗਈ ਮਗਰੋਂ ਜਦੋਂ ਸਕੂਲ ਛੱਡ ਕੇ ਪਹਿਲਾਂ ਜਿਹੜਾ ਸਕੂਲ ਸੀਗੇ ਸਾਰਾ ਕੁਝ ਨਾਲ ਸੀਗਾ ਸਾਰਾ ਕੁਝ ਅੱਦੀ ਜਾ ਕੇ ਮਜਾਰੇ ਕਰਨੇ ਤਾਂ ਫਿਰ ਮਗਰੋਂ ਜਿਹੜੀ ਸੰਗਤ ਸਕੂਲ ਮਗਰੋਂ ਮਾੜੀ ਪੈ ਗਈ ਉਸ ਵੇਲੇ ਉਹਨਾਂ ਫਿਰ ਜਿੱਦਾਂ ਪਈ ਸਾਰਾ ਕੁਝ ਦੂਜੇ ਪਾਸੇ ਹੋ ਗਿਆ ਤੇ ਉਸ ਵੇਲੇ ਜਿਹੜੇ 4 5 5 6 ਸਾਲ ਲੱਗ ਗਏ ਉਹਦੇ ਵਿੱਚ ਜਦੋਂ ਪਿੱਛੇ ਸੋਚੀਦਾ ਪਈ ਕਾਫੀ ਜਿੱਦਾਂ ਪਈ ਕਹਿੰਦਾ ਦੁੱਖ ਦੀ ਗੱਲ ਆ ਪਈ ਅਸੀਂ ਕਿੰਨੇ ਦੂਰ ਹੋ ਗਏ ਉਸ ਵੇਲੇ ਕਿਉਂਕਿ ਇੱਥੇ ਇੰਗਲੈਂਡ ਦੇ ਵਿੱਚ ਜਿਹੜੇ ਪਈ ਕਹਿੰਦਾ ਸੁਆਇਆ ਜਿਹੜੇ ਸਾਡੇ ਵਰਗੇ ਇੱਥੇ ਕਹਿੰਦਾ ਪਈ ਨੌਂ ਚੋਂ ਇੱਥੇ ਆਏ ਆ ਬਾਹਰੋਂ ਆਏ ਮੇਰੇ ਲਈ ਉਸ ਵੇਲੇ ਕਿੱਦਾਂ ਸਾਈਕੋਲੋਜੀਕਲੀ ਡਿਫਰੈਂਸ ਸੀ ਹੈਂਡਲ ਕਰਨ ਨੂੰ ਕਿਉਂਕਿ ਅਸੀਂ ਸਾਡੀ ਫੈਮਲੀ ਵੀ ਤਕੜੀ ਸੀ ਸਾਰਾ ਕੁਝ ਤਕੜਾ ਸੀਗਾ ਪਰ ਜਿੱਦਾਂ ਕਹਿੰਦੇ ਭਈ ਕਈ ਇੰਡੀਵਿਜੂਅਲ ਤੌਰ ਤੇ ਕਈ ਨੌਜਵਾਨ ਕਈ ਮੁੰਡਾ ਕਹ ਲੋ ਦੂਜੇ ਪਾਸੇ ਪੰਜਾਬੀ ਕਹਿੰਦੇ ਵਿਗੜ ਜਾਂਦਾ ਉਹ ਮੇਰਾ ਉਹ ਮੇਰਾ ਪਿਛੋਕੜ ਸੀਗਾ ਫਿਰ ਉਹ ਤੁਸੀਂ ਦੱਸਿਆ ਕਿ ਉਸ ਤੁਹਾਡੇ ਮਿੱਤਰ ਦੀ ਸ਼ਹਾਦਤ ਨੇ ਸਭ ਕੁਝ ਬਦਲ ਦਿੱਤਾ ਇੱਕ ਰਾਤ ਚ ਬਦਲ ਗਿਆ ਐ 80 96 97 ਦੇ ਇੱਕ ਰਾਤੋਂ ਰਾਤ ਕਿਉਂਕਿ ਮੈਂ ਤਾਂ ਜਿੱਦਾਂ ਕਹ ਲੋ ਭਈ ਜਿੱਦਾਂ ਬਿਲਕੁਲ ਠੀਕ ਹੈ ਇਥੇ ਮੈਂ ਕਿ ਗੋਰੇ ਗੋਰਾ ਬਣ ਗਿਆ ਸੀ ਆ ਕੇ ਕਹ ਲੋ ਉਹ ਜਿਹੜੇ 4-5 ਸਾਲ 6-5-6 ਸਾਲ ਵਿੱਚੋਂ ਨਿਕਲੇ ਉਹਦੀ ਸ਼ਹਾਦਤ ਦੇ ਵਿੱਚ ਦਰ ਲੈ ਕੇ ਆ ਉਹਦੀ ਸ਼ਹਾਦਤ ਕਰਕੇ ਖਾਸੜ ਸ਼ੁਰੂ ਹੋਈ ਆ ਉਹਦੀ ਸ਼ਹਾਦਤ ਕਰਕੇ ਹੁਣ ਸਾਨੂੰ ਵੀ ਕਹ ਲੋ ਬਹੁਤ ਜਾਗਰੂਤਤਾ ਹੋਈ ਫੇ ਅਸੀਂ ਕਿਤਾਬਾਂ ਪੜੀਆਂ ਆਪਣੀ ਹਿਸਟਰੀ ਪੜ੍ਹੀ ਹਰ ਤਰ੍ਹਾਂ ਦੇ ਮੈਂ ਜਿਹੜੀ ਜੋਇਸ ਪੈਟੇ ਗੁਰੂ ਰੇਡੀ ਹੈ ਜਿਹੜੀ ਪਏ ਉਹਨੇ ਲਿਖਿਆ 6s ਆਫ ਦਾ ਪੰਜਾਬ ਉਥੇ ਜਾ ਕੇ ਆਈ ਸੀ ਜੋ ਜਦੋਂ ਕਾਫੀ ਜਿੱਦਾਂ ਪੀ ਉਸ ਵੇਲੇ ਚੜ੍ਹਦੀ ਕਲਾ ਦਾ ਸੇਵਾ ਚੱਲ ਰਹੀ ਸੀ ਪੰਜਾਬ ਦੇ ਵਿੱਚ ਤੇ ਉਹ ਉੱਥੇ ਜਾ ਕੇ ਸਿੰਘਾਂ ਨੂੰ ਮਿਲ ਕੇ ਆਈ ਸੀਗੀ ਇਸ ਆਰਚ ਲੈਡੀ ਆ ਉਹਨਾਂ ਨਾਲ ਮੈਂ ਕਹ ਉਹਨੂੰ ਘਰ ਸੱਦਿਆ ਉਹਨਾਂ ਨਾਲ ਡਿਨਰ ਕੀਤਾ ਉਹਨਾਂ ਨਾਲ ਗੱਲ ਕੀਤੀ ਬਾਅਦ ਵੀ ਮਿਲੇ ਇਦਾਂ ਦੇ ਜਿਹੜੇ ਲੇਖਕ ਆ ਹਰਤਰੀ ਦੀਆਂ ਕਿਤਾਬਾਂ ਜਿਹੜੀਆਂ ਕਿਤਾਬਾਂ ਮੈਨੂੰ ਮਿਲੀਆਂ ਮੈਂ ਪੜੀਆਂ ਸਿੰਥੋਲਿਕ ਸਿੰਥੀਆ ਕੈਪਲੀ ਮਹਿਮੂਦੀਆਂ ਵੀ ਪਈ ਪੰਜਾਬ ਜੀ ਕੀ ਹੋਇਆ ਤੇ ਜਿਹੜਾ ਨੌਲੇਜ ਜਿਹੜਾ ਚਾਹਦਾ ਜਿਹੜੇ ਨੌਲੇਜ ਦੀ ਭੁੱਖ ਯਾਗੀ ਪਾਗੀ ਸੀਗੀ ਉਹ ਤੋਂ ਫੇ ਅਸੀਂ ਦੇਖਿਆ ਭਈ ਅਸੀਂ ਕਿੰਦਾ ਕੁਝ ਮਿਸ ਕਰ ਗਏ ਆ ਫੇ ਉਹਦੇ ਵਿੱਚੋਂ ਜਿਹੜੀ ਸਾਡਾ ਜਵਾਬ ਹੈਗਾ ਭਈ ਅਸੀਂ ਕੌਣ ਆ ਤੇ ਸਾਨੂੰ ਸਿੰਘ ਮਿਲੇ ਜਿਵੇਂ ਨਾ ਕੋਈ ਕਹ ਲੋ ਜਿਸਪਾਲ ਸਿੰਘ ਖਾਲਸਾ ਜਾਂ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜਾ ਵੀ ਨਾ ਖਾਲਸਾ ਹੋਵੇ ਪਿੱਛੇ ਉਹਨੂੰ ਪਈ ਇੱਥੇ ਯੂਰਪ ਦੇ ਵਿੱਚ ਕਿਦਾਂ ਟਰੀਟ ਕੀਤਾ ਗਿਆ 에ਅਰਪੋਰਟਾਂ ਦੇ ਯੂਰਪ ਦੇ ਵਿੱਚ ਅਸੀਂ ਜਾਣ ਕੇ ਫੇ ਖਾਲਸਾ ਏਡ ਰੱਖੀ ਨਾ ਉਸੇ ਦੇ ਖਾਲਸੇ ਦਾ ਕਿਉਂਕਿ ਜਿੰਨਾ ਸਾਨੂੰ ਜਿੰਨਾ ਮਿਸ ਕਰ ਗਿਆ 5-6 ਸਾਲ ਜਿੰਨਾ ਸਾਨੂੰ ਪਛਤਾਵਾ ਸੀਗਾ ਉਹ ਖਾਲਸਾ ਏਡ ਨੇ ਵੀ ਇੱਕ ਜਵਾਬ ਦਿੱਤਾ ਇੱਕ ਦੁਨੀਆ ਦੇ ਵਿੱਚ ਇੰਡੀਆ ਨੂੰ ਪਈ ਗਵਰਨਮੈਂਟ ਨੂੰ ਸਰਕਾਰ ਨੂੰ ਪਈ ਜਿੰਨਾ ਮਰਜੀ ਤੁਸੀਂ ਦੱਬੀ ਜਾਓ ਅਸੀਂ ਜਿਹੜਾ ਖਾਲਸਾ ਨਾ ਹਰ ਬੰਦੇ ਦੁਨੀਆ ਦੇ ਮੂੰਹ 'ਚ ਆਊਗਾ ਵੇ ਕਾਲਸਾ ਕੀ ਆ ਸੋ ਸਾਡਾ ਜਿਹੜਾ ਪਈ 5-6 ਸਾਲ ਜਿਹੜਾ ਪਈ ਕਾ ਗਾਜ ਵੀ ਹੋ ਗਏ ਸੀਗੇ ਜਿਹੜਾ ਪਈ ਦਾ ਪਛਤਾਵਾ ਸੀਗਾ ਉਹ ਅੱਜ ਤਹਾਨੂੰ ਦੁਨੀਆ ਦੇ ਮੋੜੇ ਜਵਾਬ ਮਿਲ ਰਿਹਾ ਪਰ ਇਹ ਇਹ ਸ਼ੁਰੂ ਕਿੱਥੋਂ ਕੀਤੀ ਤੁਸੀਂ ਖਾਲਸਾਏਡ ਹਾਂਜੀ ਯੂਕੇ ਤੋਂ ਸ਼ੁਰੂ ਹੋਈ ਸੀਗੀ 1999 ਵਿੱਚ ਜਦੋਂ ਖਾਲਸਾਏਡ ਕਹੋ ਜਦੋਂ ਇੱਥੇ ਯੂਰਪ ਲੜਾਈ ਲੱਗੀ ਸੀ ਕੋਸਵੋ ਆਲਬੇਨੀਆ ਚ ਤੇ ਰਫੂਜੀ ਕਾਫੀ ਆ ਰਹੇ ਸੀਗੇ ਤੇ ਅਸੀਂ ਖਾਲਸੇ ਦੇ 300 ਸਾਲ ਮਨਾ ਰਹੇ ਸੀਗੇ ਤੇ ਉਸ ਵੇਲੇ ਟੈਲੀਵਿਜ਼ਨ ਤੇ ਕਾਫੀ ਖਬਰਾਂ ਆਈਆਂ ਸੀਗੀਆਂ ਕਿ ਆ ਆ ਦੇਖੋ ਇਜ਼ਰਾਈਲਗੀ ਹੋਇਆ ਰਫੂਜੇ ਨੂੰ ਬ੍ਰੈਡ ਨਹੀਂ ਮਿਲਦੀ ਖਾਣਾ ਨਹੀਂ ਮਿਲਦਾ ਇੱਥੇ ਯੂਰੋ ਦੇ ਵਿੱਚ ਆ ਤੇ 17 1800 ਕਿਲ सॉरी ਮਿਲੇ ਤੋਂ ਤੇ ਅਸੀਂ ਉਸ ਵੇਲੇ ਫਿਰ ਜਦੋਂ ਇਧਰੋਂ ਗੱਲ ਕੀਤੀ ਸੰਗਤ ਨਾਲ ਪਈ ਵੇ ਵੇ ਉਸ ਵੇਲੇ ਮੈਨੂੰ ਪਤਾ ਪਈ 4 ਅਪ੍ਰੈਲ 1999 ਮੇਰੇ ਖਿਆਲ ਸੀਗਾ ਜਦੋਂ ਅਸੀਂ ਸ਼ੁਰੂ ਕੀਤੀ ਤੇ ਰਾਤ ਪਹਿਲਾਂ ਅਸੀਂ ਜਿਹੜਾ ਟਰੱਕ ਤਿਆਰ ਕਰਦੇ ਸੀ ਨਗਰ ਕੀਰਤਨ ਲਈ ਮੈਂ ਸੋਚ ਗਿਆ ਸੋਚ ਗਿਆ ਵੀ ਅਸੀਂ ਖਾਲਸਾ 300 ਸਾਲ ਦਾ ਬੰਨਾਰਾ ਉੱਥੇ ਰਫੂਜੀ ਭੁੱਖੇ ਮਰ ਰਹੇ ਕਿਉਂ ਨਹੀਂ ਕੋਈ ਸ਼ੁਰੂ ਕਰੀਏ ਫਿਰ ਜਾਣ ਕੇ ਰਾਤੋਂ ਰਾਤ ਰੱਖਿਆ ਨਾ ਖਾਲਸਾ ਏਡ ਉਸ ਵੇਲੇ ਜਿਹੜਾ ਨਾ ਰੱਖ ਸਕਦੇ ਸੀਗੇ ਜਿਹੜਾ ਮਰਜੀ ਕੋਈ ਇਦਾਂ ਦੀ ਸੰਸਥਾ ਨਹੀਂ ਸੀਗੀ ਕਰਾਸ ਬਾਰਡਰ ਜਿੱਥੇ ਜਾ ਕੇ ਸੇਵਾ ਕਰਦੇ ਸੀ ਤੇ ਜਾਣ ਕੇ ਕਿਉਂਕਿ ਜਿਹੜਾ ਖਾਲਸੇ ਦਾ ਕਨਸੈਪਟ ਆ ਦੁਨੀਆ ਚੋਂ ਕੱਢਣਾ ਚਾਹੁੰਦੇ ਸਾਡੇ ਦੋਸ਼ਮਣ ਉਹ ਅਸੀਂ ਖਾਲਸੇ ਦਾ ਕਨਸੈਪਟ ਦੁਨੀਆ ਤੇ ਉੱਪਰ ਲੈ ਕੇ ਜਾਣਾ ਚਾਹੁੰਦੇ ਸੀਗੇ ਸਿੱਖ ਖਾਲਸਾ ਏਦ ਉਸ ਵੇਲੇ ਪੈਦਾ ਹੋਈ ਸੀ ਜਦੋਂ ਲੜਾਈ ਲੱਗੀ ਸੀ ਯੂਰਪ ਚ ਤੁਹਾਡੇ ਤੇ ਰਵੀ ਸਿੰਘ ਜੀ ਸਭ ਤੋਂ ਵੱਡਾ ਦੋਸ਼ ਇਹ ਲੱਗਦਾ ਕਿ ਇੱਥੇ ਪੰਜਾਬ ਚ ਕੌਮ ਭੁੱਖੀ ਮਰਦੀ ਰਹੀ ਤੇ ਰਵੀ ਸਿੰਘ ਪੂਰੀ ਦੁਨੀਆ ਚ ਜਾ ਕੇ ਲੰਗਰ ਵਰਤਾਉਂਦੇ ਰਹੇ ਆ ਹਾਂਜੀ ਹਾਂਜੀ ਇਹ ਜਿਹੜਾ ਸਾਡਾ 399 ਸ਼ੁਰੂ ਜਦੋਂ ਹੋਈ ਸੀ ਸਾਡੀ ਖਾਲਸਾ ਏਡ ਉਦੋਂ ਅਸੀਂ ਸਾਰੇ ਜਿਹੜੇ ਸਾਥੀ ਹੁਣ ਵੀ ਸਾਡੇ ਨਾਲ ਹੈਗੇ ਆ ਅਸੀਂ ਉਸ ਵੇਲੇ ਡਿਸਾਈਡ ਕੀਤਾ ਇੱਕ ਇੱਕ ਫੈਸਲਾ ਕੀਤਾ ਭਈ ਅਸੀਂ 10 ਸਾਲ ਪੰਜਾਬ ਦੀ ਬਣਨਾ ਕਿਉਂਕਿ ਜੇ ਜੇ ਮੈਂ 1999 ਤੋੜੀ ਕੋ ਹਾਂ ਦਾ ਤੁਹਾਡੇ ਕਹੋ ਭਈ ਮੰਮੀ ਡੈਡੀ ਕਹੋਂ ਦਾ ਭਈ ਅਸੀਂ ਖਾਲਸਾ ਏਡ ਸ਼ੁਰੂ ਕੀਤੀ ਅਸੀਂ ਪੰਜਾਬ ਸੇਵਾ ਕਰਨੀ ਉਸ ਵੇਲੇ ਪੰਜਾਬ ਦੇ ਨਾਲ ਜਿਹੜਾ ਭਈ ਯਕੀਨ ਸੀ ਟਰਸ ਬਹੁਤ ਤੋੜਿਆ ਗਿਆ ਸੀਗਾ ਭਈ ਪੈਸੇ ਨਹੀਂ ਪਹੁੰਚ ਰਹੇ ਉੱਥੇ ਕਰਾਪਸ਼ਨ ਆ ਲੋਕ ਪੈਸੇ ਖਾਈ ਜਾਂਦੇ ਅਸੀਂ ਕਹੇ ਭਈ 10 ਸਾਲ ਬਾਅਦ ਜੜਾ ਬਣਾਉਣੀ ਆ ਅਸੀਂ ਪੰਜਾਬ ਤੋਂ ਫਿਰ ਅਸੀਂ ਡਟ ਕੇ ਪੰਜਾਬ ਬੜਾਂਗੇ ਫਿਰ ਫਿਰ ਅਸੀਂ ਬਿਲਕੁਲ 10 10 10 ਸਾਲ ਅਸੀਂ ਉਹ ਬਾੜ ਜੜਾ ਬਣਾਈਆਂ ਯਕੀਨ ਬਣਾਇਆ ਜਿੱਥੇ ਵੀ ਬਹੁਤ ਖਤਰਨਾਕ ਸਾਂ ਆ ਉੱਥੇ ਗਏ ਜਿੱਥੇ ਜਾ ਕੇ ਲੋੜ ਸੀ ਉੱਥੇ ਜਾ ਕੇ ਸੇਵਾ ਕੀਤੀ ਉੱਥੇ ਸੰਗਤ ਨਾਲ ਟ੍ਰਾਸ ਕੀਤਾ ਸੰਗਤ ਨੇ ਸਾਨੂੰ ਸਪੋਰਟ ਦਿੱਤਾ ਅਸੀਂ ਸੰਗਤ ਨੂੰ ਕਦੀ ਨਹੀਂ ਕਿਹਾ 10 ਸਾਲ ਅਸੀਂ ਪੰਜਾਬ ਕਰਾ ਨਾ ਕੋਈ ਲਿਖਿਆ ਨਾ ਕੋਈ ਕਿਹਾ ਸੰਗਤ ਸਾਰੀ ਦੁਨੀਆ ਬਹੁਤ ਦਿਆਲੂ ਸੀ ਉਹ ਚਾਹੁੰਦੀ ਸੀ ਜਿੱਥੇ ਵੀ ਲੋੜਿਆ ਜਾ ਕਰੋ ਮੋਸਟਲੀ ਜਿੱਦਾਂ ਭਈ ਤੰਬੂ-ਤੰਬੂ ਹੁੰਦੇ ਖਾਣ-ਪੀਣ ਹੁੰਦਾ ਪਰ ਹੁਣ ਜਿਹੜੇ ਭਈ 10 ਸਾਲ ਬਾਅਦ 2009-10 ਦੇ ਵਿੱਚ ਪੰਜਾਬ ਬੜੇ ਸੀਗੇ ਮੈਂ 2010 ਵਿੱਚ ਪਰਸਨਲੀ ਪਿੰਡਾਂ 'ਚ ਗਿਆ ਪਿੰਡਾਂ ਜਾ ਕੇ ਉਸ ਵੇਲੇ ਮੇਰੇ ਨਾਲ ਪਾਇਤ ਰਵਿੰਦਰ ਸਿੰਘ ਹੁੰਦੇ ਸੀਗੇ ਅੰਮ੍ਰਿਤਸਰ ਤੋਂ ਹਲਦੀਏ ਤੋਂ ਸਲਾਹ ਲੈ ਲਈ ਜੀ ਤੇ ਉਸ ਵੇਲੇ ਭਾਈ ਪ੍ਰਤਾਪ ਸਿੰਘ ਸੀਗੇ ਪਿੰਡਾਂ ਜਾ ਜਾ ਕੇ ਅਸੀਂ ਆਪ ਲੱਗੇ ਪਰਿਵਾਰ 275 ਕੋਹ ਯਾਰ ਸ਼ਹੀਦ ਪਰਿਵਾਰ ਭਾਈ ਜਿਹਨੂੰ ਲੋੜ ਸੀ ਮੈਂ ਤਾਂ ਬਿਲਕੁਲ ਆਪ ਹੀ ਮੈਂ ਤਾਂ ਆਪ ਸ਼ੌਕ ਹੋ ਗਿਆ ਸੀਗਾ ਮੈਂ ਤਾਂ 14 ਸਾਲ ਦਾ ਸੀ ਉਸ ਵੇਲੇ ਜਦੋਂ 84 ਹੋਇਆ ਤੇ ਅਸੀਂ ਸੋਚਿਆ ਇੱਥੇ ਵੀ ਜਦੋਂ ਨਾਲ ਜੁੜੇ ਮੁੜ ਕੇ ਫੇਰ ਸੇਵਾ ਦੇ ਵਿੱਚ ਪਈ ਉੱਥੇ ਤਾਂ ਜਿਹੜੇ ਪਰਿਵਾਰ ਆ ਜਿਹੜੇ ਸ਼ਹੀਦ ਪਰਵਾਰ ਸਾਡੇ ਭੈਣ ਅਨਮੋਲ ਹੀਰੇ ਆ ਪਰਿਵਾਰ ਉਹਦਾ ਸਾਰਾ ਸੰਭਾਲਿਆ ਆ ਅਸੀਂ ਤਾਂ ਬੜਾ ਦਿਲ ਦੁਖਿਆ ਉੱਥੇ ਤਾਂ ਉਹ ਬਿਲਕੁਲ ਗਰੀਬੀ ਚ ਪਾਇਓ ਉੱਥੇ ਜਦੋਂ ਪਹਿਲਾ ਪਰਿਵਾਰ ਮਿਲਿਆ ਉਹ ਮੈਂ ਕਿੰਨੀ ਵਾਰ ਵੀਡੀਓ ਪਾਉਂਦਾ ਉਹ ਬਿਆਸ ਦੇ ਪਿੰਡ ਬਿਆਸਿਕੋਂ ਨਿਕਾਜਾ ਪਿੰਡ ਸੀਗਾ ਉੱਥੇ ਲੋਕਲ ਸੇਵਾ ਦਾ ਤੁਹਾਡੇ ਵਰਗੇ ਸਿੰਘ ਸੀਗੇ ਕਹਿੰਦੇ ਪਰਿਵਾਰ ਆ ਇਹ ਪਰਿਵਾਰ ਜਾਤਾਂ ਕਿ ਦੋਨੇ ਮਾਪ ਬਾਪੂ ਜੀ ਤੇ ਮਾਤਾ ਜੀ ਪੂਰੇ ਨਹੀਂ ਹੋਏ ਅਸੀਂ ਉਹ ਤਾਂ ਬਾਂ ਨਹੀਂ ਛੱਡੀ ਹੱਥ ਨਹੀਂ ਹੱਥ ਨਹੀਂ ਛੱਡਿਆ ਉਹ ਪਰਿਵਾਰ ਦੇ ਵਿੱਚ ਜੋ ਦੋ ਸੀ ਪਿੰਡ ਬੜੇ ਸੀਗੇ ਸਾਡੀ ਇੰਟੀਰੀਅਰ ਹਾਲਤਾ ਵੀ ਉੱਥੇ ਹੈਗੀ ਆ ਅਸੀਂ ਘਰ ਬੜੇ ਸੀਗੇ ਤਾਂ ਬੰਦੇ ਦੋ ਤਿੰਨ ਵਰਕ ਮੈਂ ਜਿਹੜਾ ਬਿਜਲੀ ਦਾ ਕੰਮ ਕਰਦਾ ਆ ਗਿਆ ਸਾਡੇ ਪਿੱਛੇ ਉਹ ਕਹਿੰਦੇ ਭਾਈ ਸਾਹਿਬ ਤੁਸੀਂ ਇਹਨਾਂ ਦੀ ਮਦਦ ਕਰਨ ਆਏ ਆ ਮੈਂ ਕਿਹਾ ਹਾਂਜੀ ਤੁਸੀਂ ਕੌਣ ਕਹਿੰਦੇ ਅਸੀਂ ਫੋਰਮਨ ਆ ਬਿਜਲੀ ਦੇ ਮੈਂ ਤੁਹਾਨੂੰ ਦੇਖਿਆ ਆਉਂਦਿਆਂ ਨੂੰ ਇਹਨਾਂ ਦੀ ਜਰੂਰ ਹੈਲਪ ਕਰੋ ਮਦਦ ਕਰੋ ਕਿਉਂਕਿ ਦੂਜੇ ਸਾਡੇ ਪਿੰਡ ਹੁੰਦੇ ਸੀਗੇ ਹੁਣ ਇਹ ਗਰੀਬੀ ਕਰਕੇ ਇੱਥੇ ਮੂਵ ਹੋਏ ਹੋ ਦੋ ਮੁੰਡੇ ਤਾਂ ਸ਼ਹੀਦ ਹੋਏ ਸੀਗੇ ਉਦੋਂ ਫੇਰ ਸਾਲ ਦੇ ਵਿੱਚ ਅਸੀਂ ਆਪ ਪਿੰਡਾਂ 'ਚ ਗਏ ਪਤਨੀ ਸਵੇਰ ਰਿਆਰ ਲਈ ਜਾਣਾ ਰਾਤ ਨੂੰ ਲੇਟ ਆਉਣਾ ਸਾਰੇ ਪਰਿਵਾਰ ਪੰਦੀ ਕਿਦਾਂ ਫੇ ਉਸ ਵੇਲੇ ਤੁਸੀਂ ਇਹ ਵੀ ਸੋਚੋ ਭਾਈ ਸਾਹਿਬ ਖਾਸ ਕਰਕੇ ਇੰਡੀਆ ਉੱਥੇ ਉੱਥੇ ਸੈਟਅਪ ਨਹੀਂ ਹੋਈ ਸੀ ਜੇ ਜਦੋਂ ਅਸੀਂ ਪਰਿਵਾਰ ਫੜ ਲਾਏ ਤਾਂ ਜਦੋਂ ਪੈਨਸ਼ਨਾਂ ਦੇਣੀਆਂ ਪਈਆਂ ਅਜਦਾ ਰੈਗੂਲਰਲੀ ਜਿਦਾ ਹਰ ਤੇ ਦੋ ਮਹੀਨੇ ਵਿੱਚ ਇੱਕ ਮਹੀਨੇ ਉਹ ਵਿੱਚ ਪ੍ਰੋਬਲਮ ਬਹੁਤ ਆਈਆਂ ਕਿਉਂਕਿ ਅਸੀਂ ਇੱਥੇ ਲੋਕਾਂ ਦੀ ਮਿਹਨਤਾਂ ਕਰਨੀਆਂ ਭਾਈ ਸਾਹਿਬ ਤੁਸੀਂ 500 ਪਾਉਣ ਲੈ ਜਾਓ ਤੁਸੀਂ 1000 ਪਾਉਣ ਲੈ ਜਾਓ ਇਹ ਪੈਨਸ਼ਨ ਆਇਆ ਲੋਕ ਡਰਦੇ ਸੀ ਲੈ ਕੇ ਜਾਣ ਨੂੰ ਪਰ ਅਸੀਂ ਤਾਂ ਵੀ ਦੇਖੋ ਹੁਣ 2023 ਆ ਗਿਆ 13 ਸਾਲ ਅਸੀਂ ਬਾਹ ਫੜੀ ਆ 13 ਸਾਲ ਅਸੀਂ ਉਹ ਛੱਡੇ ਨਹੀਂਗੇ ਤੇ ਇਹਦੇ ਵਿੱਚ ਜਿਹੜੇ ਪਰਵਾਰ ਅਸੀਂ ਹੋਰ ਵੀ ਵਧਾ ਸਕਦੇ ਉਸ ਵੇਲੇ ਪਰ ਸਾਡੇ ਕੋਲ ਉਸ ਵੇਲੇ ਫੈਸਿਲਿਟੀ ਹੈ ਨਹੀਂ ਸੀ ਰਜਿਸਟਰ ਦੀ ਅਸੀਂ ਕਰੀਏ ਹੋਰ ਕੰਮ ਕਿਉਂਕਿ ਉਸ ਵੇਲੇ ਪੈਸੇ ਭੇਜਣੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਪਰ ਪੈਸੇ ਭੇਜਣੇ ਔਖੇ ਪਰ ਜਿਹੜੇ ਪੰਜਾਬ 'ਚ ਲੀਡਰਸ਼ਿਪ ਉਹ ਸਾਡੇ ਸੀਗੇ ਜਾਂ ਸਾਡੇ ਵੱਡੀਆਂ-ਵੱਡੀਆਂ ਸੰਸਥਾ ਉਹ ਜਿਹੜੇ ਪੰਜਾਬ 'ਚ ਬਹਿ ਕੇ ਉਹ ਕਿੱਦਾਂ ਇੱਕ ਇਦਾਂ ਨਹੀਂ ਦੇਖਿਆ ਪਰ ਅਸੀਂ ਲੰਡਨ ਤੋਂ ਕਿੱਦਾਂ ਜਾ ਕੇ ਲੱਭ ਲਏ ਇਹ ਪਰਿਵਾਰ ਸੋ ਬਹੁਤ ਓਕਾ ਸੀਗਾ ਸਮਾ ਦੋ ਤਿੰਨ ਸਾਲ ਤੱਕ ਜਿਆਦਾ ਓਕਾ ਸੀਗਾ ਤੇ ਜਦੋਂ ਖਾਸ ਰਜਿਸਟਰ ਹੋ ਗਈ ਭਾਇਓ ਮੋ ਪ੍ਰੀਤ ਸਿੰਘ ਨੇ ਰਜਿਸਟਰ ਸਾਰਾ ਕਰਾਤਾ ਉਦੋਂ ਪੈਨਸ਼ਨ ਆਫੇ ਸਾਰੀਆਂ ਬੈਂਕ ਜਾਂ ਲੱਪਈਆਂ ਸੋ ਉਸ 275 ਤਕਰੀਬਨ ਪਰਿਵਾਰ ਚ ਹੁਣ ਮੇਰੇ ਖਿਆਲ 200 ਰਹਿ ਗਏ ਪਰਿਵਾਰ ਪਰ ਉਹ ਇਕੱਲਾ ਪੈਨਸ਼ਨਾਂ ਨਹੀਂ ਗਿਆ ਘਰ ਵੀ ਮੈਡੀਕਲ ਵੀ ਔਰ ਕੁਛ ਚੱਲਦਾ ਫਿਰ ਪੰਜਾਬ ਦੇ ਵਿੱਚ ਅਸੀਂ ਪਿੱਛੇ ਨਹੀਂ ਰੁਕੇ ਤੇ ਪੰਜਾਬ ਦੇ ਕੇ ਹੋਰ ਕੀ ਕਰ ਸਕਦੇ ਹੋਰ ਕੀ ਕਰ ਸਕਦੇ ਹਾਲਤਾ ਵੀ ਸਾਡੇ ਪ੍ਰੋਜੈਕਟ ਬਣ ਹੀ ਜਾਂਦੇ ਆ ਕਿਉਂਕਿ ਸੰਗਤ ਨਾਲ ਅਸੀਂ ਟਰਸਟ ਬਣਾਇਆ ਜਾਦਾ ਪੈਸਾ ਤਾਂ ਬਾਹਰ ਲਾਇਆ ਨਾ ਤੁਸੀਂ ਪੰਜਾਬ ਚ ਘੱਟ ਪੈਸੇ ਤੁਹਾਡੇ ਤੇ ਦੋਸ਼ ਤੁਹਾਡੇ ਵਿਰੋਧੀ ਲਾਉਂਦੇ ਰੋਜ਼ ਵੀਡੀਓਜ਼ ਆਉਂਦੀਆਂ ਉਹ ਕਹਿੰਦੇ ਕਿ ਮੈਜੋਰਟੀ ਪੈਸਾ ਰਵੀ ਸਿੰਘ ਬਾਹਰਲੇ ਪਾਸੇ ਰੱਖਦੇ ਪੰਜਾਬ ਚ ਬਹੁਤ ਨਾਮਾਤਰ ਪੈਸਾ ਆਉਂਦਾ ਇਹਦੀ ਕਲੈਰਟੀ ਦਿਓ ਪੰਜਾਬ ਦਾ ਪੈਸਾ ਕਿੱਥੋਂ ਆਉਂਦਾ ਪੰਜਾਬ ਚ ਪੈਸਾ ਲਾਉਣੇ ਹੋ ਤਾਂ ਉਹਦੀ ਜਿਹੜਾ ਉਹ ਉਹ ਕਿੰਨੀ ਰੇਸ਼ੋ ਰੱਖਦੇ ਹੋ ਤੁਸੀਂ ਟੋਟਲ ਪੈਸੇ ਦੀ ਪੰਜਾਬ ਦੇ ਪੈਸੇ ਜਿੱਦਾਂ ਖਾਸਾਰੀ ਇੰਡੀਆ ਵੀ ਰਜਿਸਟਰਡ ਆ ਉੱਥੇ ਉੱਥੇ ਪਟਿਆਲੇ ਆਫਿਸ ਆ ਸਾਰੀ ਸੰਗਤ ਉੱਥੇ ਜਾ ਕੇ ਪੁੱਛਦੇ ਸਕਦੇ ਜੀ ਸਾਖ ਪਤਾ ਕੋਈ ਸਾਰੀ ਖੁੱਲੀ ਛੁੱਟੀ ਆ ਇੱਕ ਗੱਲ ਇਹਦੇ ਵਿੱਚ ਇਹ ਵੀ ਆਉਂਦੀ ਆ ਅਸੀਂ ਸੰਗਤ ਨੂੰ ਜ਼ਬਰਦਸਤੀ ਫੜ ਕੇ ਲਿਆਉਂਦੇ ਵੀ ਤੁਸੀਂ ਪੰਜਾਬ ਲਈ ਪੈਸੇ ਦਿਓ ਕਿਸੇ ਬਾਹਰ ਲਈ ਦਿਓ ਸੰਗਤ ਆਪੇ ਹੀ ਡੋਨੇਟ ਕਰਦੀ ਆ ਅਸੀਂ ਇੰਨੀ ਘੜੀ ਘੜੀ ਕਹਿੰਦੇ ਭਈ ਦੇਖੋ ਸਾਰਾ ਪੰਜਾਬ ਦਾ ਕਰਦੇ ਬਾਹਰ ਫਾਇਦਾ ਖਰਚਦੇ ਇਹ ਪਹਿਲਾਂ ਭਲੇਖਾ ਕੱਢੋ ਵਿੱਚੋਂ ਕਿਉਂਕਿ ਜੋ ਜਿਹੜੇ ਭਈ ਸਾਡੀਆਂ ਚਰਚਾਂ ਕਰਦੇ ਚਲੋ ਵਧੀਆ ਉਹਦੇ ਵੀ ਅਰਦਾਸ ਅਸੀਂ ਕਰਦੇ ਵਿੱਚ ਚੜ੍ਹਦੀ ਕਲਾ ਰਹਿਣ ਪਰ ਜਿਹੜਾ ਭਈ ਅਸੀਂ ਕਿਸੇ ਨੂੰ ਨਹੀਂ ਕਿਹਾ ਪਹਿਲੇ 10 ਸਾਲ ਜਦੋਂ ਪੰਜਾਬ ਤੋਂ ਬਾਹਰ ਸੇਵਾ ਕੀਤੀ ਆ ਕਿਸੇ ਨੇ ਸਾਨੂੰ ਕਿਹਾ ਨਹੀਂ ਕਿ ਤੁਸੀਂ ਸਾਡੇ ਪੈਸੇ ਲਾ ਕੇ ਪੰਜਾਬ ਕਿਉਂ ਨਹੀਂ ਕਰਦੇ ਉਸ ਵੇਲੇ ਸਾਨੂੰ ਰਿਕਵੈਸਟ ਆਉਂਦੀ ਆ ਪੰਜਾਬ ਕੁਝ ਕਰਨਾ ਮੈਂ ਕਿਹਾ ਹਾਂਜੀ ਕਰਾਂਗੇ 10 ਸਾਲ ਬਣਨਾ ਹੁਣ ਪੰਜਾਬ ਦੇ ਵਿੱਚ ਸਾਡਾ ਖਰਚਾ ਵੱਧ ਰਿਹਾ ਸਾਡੀ ਜ਼ਿੰਮੇਵਾਰੀ ਵੱਧ ਰਹੀ ਆ ਉੱਥੇ ਰਾਜ ਟੀਮ ਹੈਗੀ ਆ ਲੱਭਣੀ ਉੱਥੇ ਕੰਮ ਕਰਨਾ ਉੱਥੇ ਕਈ ਵਾਰੀ ਜਿੱਦਾਂ ਪਹਿਲਾਂ ਕੋਈ ਜੇ ਤੁਸੀਂ ਕਿਸੇ ਨਾਲ ਨਹੀਂ ਕੰਮ ਕਰਦੇ ਉਹ ਤਾਂ ਨਰਾਜ ਹੋ ਜਾਂਦਾ ਹਰ ਵਾਰੀ ਤੁਹਾਡੇ ਕੋਈ ਕੋਈ ਨਾ ਕੋਈ ਫਿਕਰ ਹੋਵੇ ਨਹੀਂ ਅਸੀਂ ਕੰਮ ਨਹੀਂ ਕਰਨਾ ਇਹ ਨਹੀਂ ਕਰਦੇ ਉਹ ਨਹੀਂ ਕਰਦੇ ਕਿਉਂਕਿ ਕਈ ਵਾਰੀ ਅਸੀਂ ਕਿਸੇ ਜਥੇਬੰਦ ਦਾ ਕੰਮ ਨਹੀਂ ਕਰਨਾ ਉਹਦੇ ਸਾਡਾ ਪ੍ਰੋਬਲਮ ਪੈਂਦੀ ਆ ਪੰਜਾਬ ਦੇ ਵਿੱਚ ਜਿਹੜਾ ਸਾਡਾ ਕੰਮ ਹੋ ਰਿਹਾ ਆ ਬਹੁਤ ਮੈਜਰ ਹੋ ਰਿਹਾ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਪਿਛਲੇ ਪੌਣੇ 1-2 2 ਸਾਲ ਦੇ ਵਿੱਚ ਕੱਲੇ ਯੂਕੇ ਆਫਿਸ ਤੋਂ 125 ਘਰ ਬਣਾ ਗਿਆ ਪੰਜਾਬ ਦੇ ਵਿੱਚ ਉਹਦੀ ਕੋਈ ਗੱਲ ਕਰਦਾ ਨਹੀਂ ਕਰੂਗਾ ਕਿਉਂਕਿ ਅਸੀਂ ਪਹਿਲਾਂ মিডিਆ ਜ਼ਿਆਦਾ ਕਵਰ ਨਹੀਂ ਕਰਦੇ ਸੀਗਾ ਉਸ ਕਵਰ ਘੱਟ ਕਰਦੇ ਸੀ ਪੰਜਾਬ ਦੇ ਵਿੱਚ ਹੁਣ ਸਾਨੂੰ ਪੰਜਾਬ ਜਾਣਾ ਮੀਡੀਆ ਕਵਰ ਕਰਨਾ ਕਿਉਂਕਿ ਜਿਹੜੀ ਸੰਗਤ ਪੈ ਹੀ ਦਿੰਦੀ ਆ ਅਸੀਂ ਉਹਨੂੰ ਝੂੜਨੀ ਬੋਲਦੇ ਜਿਹੜੀ ਸੰਗਤ ਆ ਉਹ ਕਹਿੰਦੀ ਹਾਂ ਜਿੱਥੇ ਭੁੱਖਿਆ ਉੱਥੇ ਜਾ ਕੇ ਉੱਥੇ ਜਾ ਕੇ ਲੰਗਰ ਲਾ ਉੱਥੇ ਜਾ ਕੱਪੜੇ ਦੋ ਦੂਜੀ ਇਹਦੇ ਵਿੱਚ ਗੱਲ ਆਉਂਦੀ ਆ ਸਾਡੇ ਤੁਸੀਂ ਪੋਸਟ ਦੇਖ ਲਓ ਮੇਰੇ ਪੇਜ ਤੇ ਖਾਲਸਾ ਆਈਟ ਦੇ ਕਿੰਨਾ ਪਰਸੈਂਟ ਕਹਦੋ ਰੇਸ਼ੀਓ ਕਹਦੋ ਲੰਗਰ ਦਾ ਲੰਗਰ ਤਾਂ ਬਹੁਤ ਘੱਟ ਲੱਗਦੇ ਜਿੱਥੇ ਐਮਰਜੈਂਸੀ ਜਿੱਥੇ ਕੋਈ ਫੌਜੀ ਭੁੱਖੇ ਆ ਉਹ ਵੀ ਇਨਸਾਨ ਆ ਲੰਗਰ ਤਾਂ ਬਿਲਕੁਲ ਚੱਲੀ ਜਾਣੇ ਉੱਥੇ ਦੂਜੀ ਇਹਦੇ ਵਿੱਚ ਹੋਰ ਵੀ ਗੱਲ ਨਿਕਲ ਲੰਗਰ ਦੀ ਭਈ ਤੁਸੀਂ ਬਾਹਰ ਜਾ ਕੇ ਨਾਨ ਸਿੱਖਾਂ ਨੂੰ ਮੁਸਲਮਾਨ ਹਿੰਦੂਆਂ ਨੂੰ ਜਾਂ ਹੋਰ ਕਿਨੂੰ ਅਸਾਂ ਇਹ ਲੰਗਰ ਕਿਉਂ ਸਿਖਾਉਂਦੇ ਆ ਭਈ ਠੀਕ ਆ ਅਸੀਂ ਲੰਗਰ ਨਹੀਂ ਸਿਖਾਉਂਦੇ ਤੁਸੀਂ ਸਾਰੇ ਗੁਰਦਵਾਰੇ ਸਾਹਿਬ ਪੰਜਾਬ ਚ ਲਾਕਡਾਉਨ ਨੋਟਿਸ ਇੰਡੀਆ ਦੇ ਵਿੱਚ ਇੱਥੇ ਬਸ ਕੱਲੇ ਸਿੱਖਾਂ ਦੇ ਲੰਗਰ ਆ ਅਸੀਂ ਵੀ ਚੇਂਜ ਕਰ ਦਿੰਨੇ ਕਿਉਂਕਿ ਗੁਰੂ ਸਾਹਿਬ ਸਾਰੀ ਦੁਨੀਆ ਕੋ ਮੇ ਆ ਗੁਰੂ ਸਾਹਿਬ ਦੀ ਹਮਦਰਦੀ ਸਾਰੇ ਨਾਲ ਸਹੀ ਸਰਬੱਤੇ ਭਲੇ ਨਾਲ ਸੀਗੀ ਨਹੀਂ ਪਰ ਉਹ ਤੁਹਾਡੇ ਵਿਰੋਧੀ ਕਹਿੰਦੇ ਨਾ ਪਰ ਜੇ ਆਪਣੇ ਉਹ ਕਹਿੰਦੇ ਕਿ ਆਪਦੇ ਘਰ ਚ ਜੇ ਦਿੱਕਤ ਹੈ ਤਾਂ ਪਹਿਲਾਂ ਆਪਦਾ ਘਰ ਸਬਾਲ ਲਓ ਬਾਅਦ ਦੂਜੇ ਦੀ ਵੀ ਕਰ ਲਿਓ ਵਾਅਦੇ ਵਿੱਚ ਕਰ ਲਿਓ ਬਿਲਕੁਲ ਬਿਲਕੁਲ ਅਸੀਂ ਜੇ ਉਹੀ ਮੈਂ ਗੱਲ ਅਜਿਹੀ ਨਾ ਦੋ ਗੱਲਾਂ ਵਿੱਚ ਹੋਰ ਆਉਂਦੀਆਂ ਜਿਹਨੂੰ ਅਸੀਂ ਵੋਟਾਂ ਪਾਉਣੇ ਉਹਨੂੰ ਪੁੱਛੋ ਜਿਹੜੀਆਂ ਸਾਡੀਆਂ ਧਾਰਮਿਕ ਕਮੇਟੀਆਂ ਵੱਡੀਆਂ ਵੱਡੀਆਂ ਬਣੀਆਂ ਹੁਣ ਜੇ ਕਹੋ ਪਈ ਕਹੋ ਵੀ ਅਸੀਂ ਕਹਿੰਦੇ ਵੀ ਸਾਡੇ ਸਿੱਖ ਕਿਸੇ ਧਰਮ ਤੋਂ ਦੂਰ ਜਾ ਰਹੇ ਆ ਉਹਨੂੰ ਪੁੱਛੋ ਭਾਈ ਜਿਹੜੇ ਵੀ ਧਰਮ ਤੋਂ ਦੂਰ ਆਇਆ 30 40 ਦਾ ਦਰ ਪ੍ਰਚਾਰ ਕਿੱਥੇ ਗਿਆ ਕਿਉਂਕਿ ਖਾਸ ਕਰ ਪ੍ਰਚਾਰਕ ਜਥੇਬੰਦੀ ਨਹੀਂ ਖਾਸ ਕਰ ਇਨਸਾਨੀਅਤ ਤੌਰ ਤੇ ਸੇਵਾ ਜਥੇਬੰਦੀ ਆ ਇਹਦਾ ਮਤਲਬ ਜੇ ਪ੍ਰਚਾਰਕ ਜਥੇਬੰਦੀਆਂ ਸਾਡੀਆਂ ਭਡੀਆਂ-ਭਡੀਆਂ ਨਹੀਂ ਕੰਮ ਸੰਭਾਲ ਸਕਦੇ ਅਸੀਂ ਹਾਜ਼ਰ ਹਾਂ ਅਤੇ ਕਵਰ ਕਰਨ ਨੂੰ ਅਸੀਂ ਤੇ ਮੈਨੇਜ ਕਰਨ ਨੂੰ ਫੰਡਸ ਠੀਕ ਆ ਅਸੀਂ ਪੰਜਾਬ ਕਰ ਸਕਦੇ ਹਾਂ ਉਹਨਾਂ ਲਈ ਸਾਨੂੰ ਚਾਹਤ ਇਹਨੇ ਇੱਕ ਸਾਲ ਸਾਨੂੰ ਦੇ ਦੇਣ ਜਿਹੜੇ ਉਹਨਾਂ ਕੋਲ ਫੰਡ ਜਿਹੜੇ ਹੈਗੇ ਆ ਤੇ ਜਿਹੜੇ ਸਾਡੇ ਫੰਡ ਆ ਅੱਜ ਤੁਹਾਨੂੰ ਵਾਦਾ ਕਰ ਦਿੰਦੇ ਆਂ ਕਿ ਅਸੀਂ ਅੱਜ 3 ਮਿਲੀਅਨ ਖਰਚ ਨੂੰ ਤਿਆਰਿਆਂ ਕਰ ਲਓ ਮਾਝੇ ਤੇ ਮਾਲਵੇ ਵਿੱਚ 3 ਮਿਲੀਅਨ ਪਾਉਣ ਕਿਹਾ ਲਓ 5 ਮਿਲੀਅਨ ਕਿਹਾ 3 ਮਿਲੀਅਨ ਕਿਹਾ ਦੋ ਉਹ ਵੀ ਸਾਨੂੰ ਮੈਚ ਕਰਨ ਅਸੀਂ ਕਰਨ ਨੂੰ ਤਿਆਰ ਆਂ ਜਿਹਦਾ ਇਨਕਮ ਬਹੁਤ ਆ ਫਿਰ ਪੰਜਾਬ ਪਿੱਛੇ ਕਿੱਦਾਂ ਰਹਿ ਗਿਆ ਅਸੀਂ ਤਾਂ ਠੀਕ ਆਂ ਅਸੀਂ ਤਾਂ ਬਾਹਰੋਂ ਆ ਕੇ ਕਰ ਰਹੇ ਆਂ ਜਿਹੜੇ ਪੰਜਾਬ 'ਚ ਬੈਠੇ ਆ ਵੱਡੇ ਵੱਡੇ ਇੰਨਾ ਇਨਕਮ ਆ ਰਿਹਾ ਉਹਦੀ ਕੀ ਜ਼ਿੰਮੇਵਾਰੀ ਆ ਇਹ ਵੀ ਪੁੱਛੋ ਖਾਲਸਾ ਸ਼ਬਦ ਵਰਤਦੇ ਹਾਂ ਖਾਲਸਾ ਸ਼ਬਦ ਤੋਂ ਪੂਰੀ ਸੰਗਤ ਦਾ ਦੁਨੀਆ ਭਰ ਚੋਂ ਪੈਸਾ ਇਕੱਠਾ ਕਰਦੇ ਹਾਂ ਔਰ ਤੁਸੀਂ ਫਿਰ ਕਹਿੰਦੇ ਹੋ ਕਿ ਸਾਰਿਆਂ ਜਿਵੇਂ ਹੁਣ ਤੁਸੀਂ ਕਹਿ ਕੇ ਗੁਰਦੁਆਰਿਆਂ ਦੇ ਵਿੱਚ ਲਾ ਦਿਓ ਕਿ ਕੱਲੇ ਸਿੱਖਾਂ ਵਾਸਤੇ ਲੰਗਰ ਹੈ ਬਾਹਰਲੇ ਵਾਸਤੇ ਨਹੀਂ ਹੈ ਤਾਂ ਫਿਰ ਜੇ ਖਾਲਸੇ ਦੇ ਨਾਂ ਤੇ ਪੈਸਾ ਲਿਆ ਤੇ ਪਹਿਲਾਂ ਖਾਲਸਾ ਸੰਭਾਲ ਲਓ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਜਾ ਕੇ ਗਵਰਨਮੈਂਟਸ ਨੂੰ ਤੇ ਬਾਕੀ ਆਰਗੇਨਾਈਜੇਸ਼ਨ ਨੂੰ ਸਵਾਲ ਕੀਤਾ ਜਾਵੇ ਉਹਨਾਂ ਨੂੰ ਸਵਾਲ ਉਹਨਾਂ ਵਾਸਤੇ ਕੀਤਾ ਜਾਊਗਾ ਰਵੀ ਸਿੰਘ ਜੀ ਐਸਜੀਪੀਸੀ ਜਾਂ ਸਰਕਾਰ ਜਾਂ ਹੋਰ ਜਥੇਬੰਦੀਆਂ ਨੂੰ ਵੀ ਸਵਾਲ ਹੋਣਗੇ ਪਰ ਉਹ ਜਥੇਬੰਦੀਆਂ ਕਿਤੇ ਹੋਰ ਜਾ ਕੇ ਪੈਸਾ ਨਹੀਂ ਲਾ ਰਹੀਆਂ ਨਾ ਉਹ ਸਿਰਫ ਪੰਜਾਬ 'ਚ ਜਾਂ ਫਿਰ ਸਿੱਖ ਪੰਥ ਦੇ ਉੱਤੇ ਹੀ ਪੈਸਾ ਲਾ ਰਹੀਆਂ ਤਾਂ ਫਿਰ ਸੈਂਕਪਾਂ ਤੇ 50 ਪਿੱਛੇ ਕਿੱਦਾਂ ਹੋ ਗਿਆ ਇਹਨਾਂ ਸਾਲ ਦੱਸੋ ਹੁਣ ਕਹਿੰਦੇ ਭਈ ਸਾਡੇ ਵਧ ਹੀ ਜਾਂਦੇ ਸਾਡੇ ਇੱਕ ਸਿੱਖ ਦੂਜੇ ਪਾਸੇ ਜਾਂ ਜਾਂਦੇ ਗਰੀਬ ਤੇ ਗਰੀਬਾਂ ਢੇਡ ਕਿਉਂ ਨਹੀਂ ਭੜ ਰਿਹਾ ਦੱਸੋ ਮੈਨੂੰ ਇਹ ਵੀ ਸਵਾਲ ਮੇਰਾ ਹੈਗਾ ਕਿ ਸਾਡੀ ਕੀ ਲੋਡ ਪੈ ਗਈ ਅਸੀਂ ਤਾਂ ਕਰਦੇ ਆ ਸਾਡੇ ਪ੍ਰੋਜੈਕਟ ਹਰ ਸਾਲ ਵਧ ਹੀ ਜਾਂਦੇ ਆ ਖਾਸ ਕਰਕੇ ਇੰਡੀਆ ਟੀਮ ਹੈਗੀ ਉਹਨੂੰ ਇਨਕਮ ਆ ਰਹੀ ਉਹ ਵੀ ਵੱਡੇ ਪ੍ਰੋਜੈਕਟ ਕਰ ਰਹੇ ਪਿਛਲੇ 2 ਸਾਲ ਤੋਂ ਸਾਡੇ ਇੰਨੇ ਪ੍ਰੋਜੈਕਟ ਵੱਧਦੇ 2-3 ਸਾਲ ਤੋਂ ਬਹੁਤ ਲੈਵਲ ਤੇ ਵਧ ਹੀ ਜਾਂਦੇ ਅਸੀਂ ਤੁਹਾਨੂੰ ਇਨਵਾਈਟ ਕਰਦੇ ਆ ਸਾਡੇ ਪੰਜਾਬ ਦੇ ਪ੍ਰੋਜੈਕਟ ਦੇਖੋ ਤੇ ਦੱਸੋ ਸਾਦ ਨੂੰ ਸਾਡਾ ਕੌਣ ਮੈਚ ਕਰ ਰਿਹਾ ਇਨੇ ਪ੍ਰੋਜੈਕਟ ਉੱਥੇ ਉਹ ਹੀ ਜਿਹੜਾ ਸਾੜੀ ਅਰ ਪ੍ਰੋਜੈਕਟ ਚੱਲ ਰਿਹਾ ਪ੍ਰੋਜੈਕਟ ਚੱਲ ਰਿਹਾ ਅਮਰੀਕਾ ਕੈਨੇਡਾ ਯੂ ਐਸਓ ਐਸ ਸਾਡਾ ਹੁਣ ਜਿਹੜਾ ਫੰਡ ਉੱਥੇ ਪੰਜਾਬ ਲਈ ਉਹ ਵੀ ਹੋਰ ਵੱਧ ਰਿਹਾ ਕਿਉਂਕਿ ਇਨਕਮ ਵਧੀ ਜਾਂਦੀ ਆ ਉਹ ਵੀ ਅਸੀਂ ਇਸ ਸਥਾਪਨਾ ਖਰਚਣਾ ਅਸੀਂ ਤਾਂ ਇਹ ਕਹਿੰਨੇ ਆ ਜਿਹੜੇ ਸਾਡੇ ਉੱਥੇ ਵੱਡੀਆਂ ਆਰਗੇਨਾਈਜੇਸ਼ਨ ਜਥੇ ਬਣੀਆਂ ਹੈਗੀਆਂ ਸਾਡਾ ਮੋਢਾ ਜੋੜੋ ਅਸੀਂ ਤਾਂ ਕਹਿੰਦੇ ਅਸੀਂ ਇਕੱਲੇ ਇਕੱਲੀ ਸੰਸਥਾ ਕੁਝ ਨਹੀਂ ਕਰ ਸਕਦੀ ਅਸੀਂ ਅੱਜ ਵੀ ਜਿਹੜਾ ਸਾਰਾ ਇੱਥੇ ਲਾ ਦੀਏ ਕੁਝ ਨਹੀਂ ਕਰ ਲਈ ਕਰ ਸਕਦੀ ਆਰਗੇਨਾਈਜੇਸ਼ਨ ਸਾਡੇ ਜਿਹ ਅਕਾਊਂਟਿੰਗ ਯਰ ਟਰਾਂਸਪੈਰੈਂਸੀ ਯਰ ਕਿੱਦਾਂ ਅਕਾਊਂਟ ਰੱਖਣੀ ਕਿੱਦਾਂ ਹਿਸਾਬ-ਕਾ ਰੱਖਣਾ ਸਾਰਿਆਂ ਨੂੰ ਸੰਗਤ ਦੇ ਪੈਸੇ ਦਾ ਹਿਸਾਬ ਤਾਂ ਦੇਣਾ ਚਾਹੀਦਾ ਉਹ ਵੀ ਕਿੰਨੇ ਆ ਰਹੇ ਆ ਕਿੰਨੇ ਜਾ ਰਹੇ ਆ ਅਸੀਂ ਐਡਵਾਈਜ਼ਰ ਲੈਵਲ ਤੇ ਆ ਸਕਦੇ ਆ ਅਸੀਂ ਨਾਲ ਫੰਡਿੰਗ ਆ ਸਕਦੇ ਆ ਸਾਡੇ ਨਾਲ ਮੋਢਾ ਜੋੜੋ ਜਿਹਨੂੰ ਜੜੀ ਜਥੇ ਵੰਡੀ-ਵੱਡੀ ਉੱਥੇ ਚੱਲਦੀ ਪੰਜਾਬ ਦੇ ਵਿੱਚ ਉਹਨਾਂ ਕੋਈ ਦੋਖਿਆ ਆਪਣੀ ਪੰਜਾਬ ਦਾ ਅਸੀਂ ਅੱਜ ਕਹਿੰਨੇ ਆ ਅਸੀਂ ਤੁਹਾਡਾ ਤੁਹਾਡੇ ਨਾਲ ਕੰਮ ਕਰਨ ਨੂੰ ਤਿਆਰ ਆਂ ਜਦੋਂ ਪੰਜਾਬ ਚੱਕੀਏ ਮੈਂ ਪਹਿਲਾਂ ਵੀ ਕੀਤਾ ਸੀਗਾ ਦੋ ਦਿਨ ਹਫ਼ਤੇ ਪਹਿਲਾਂ ਮੈਂ ਵੀਡੀਓ ਕੱਲੀ-ਕੱਲੀ ਸੰਸਥਾ ਇੱਕ-ਇੱਕ ਅਲਾਕਾ ਲੈ ਲਓ ਦੁਆਬਾ ਮਾਲਵਾ ਮਾਝਾ ਅਸੀਂ ਉਹ ਚ ਨਾਲ ਤਿਆਰ ਆਂ 15-20 ਪਿੰਡ ਤੁਸੀਂ ਲਾ ਲਓ 40-50 ਪਿੰਡ ਅਸੀਂ ਲੈ ਲੈਂਦੇ ਇਦਾਂ ਸੇਵਾ ਸ਼ੁਰੂ ਹੁੰਦੀ ਆ ਕਿਉਂਕਿ ਇਹਦਾ ਵਿੱਚ ਤੁਸੀਂ ਚੇਂਜ ਲਿਆ ਸਕਦੇ ਆ ਹੁਣ ਪਿੰਡ ਤੇ ਕੋਟ ਧਰਮੂਹਾ ਮਾਨਸੇ ਵਿੱਚ ਉਹਦੇ ਵਿੱਚ ਸਾਰੇ ਲਿਖੀ ਜਾਂਦੇ ਪਿਛਲੇ ਸਾਲਾਂ ਤੋਂ ਉਹ ਪਏ ਉੱਥੇ ਕਿੰਨੀਆਂ ਸੂਈਸਰ ਹੋਈਆਂ 70 ਸੂਈਸਰ ਨਹੀਂ ਇੱਕ ਪਿੰਡ 'ਚ ਹੋਈਆਂ ਉਹਨੂੰ ਸੂਈਸਰ ਪਿੰਡ ਕਹਿੰਦੇ ਪੰਜਾਬ ਦਾ ਬੱਲ ਲਿਖਣ ਨੂੰ ਸਾਰੇ ਪੋਸਟ ਪਾਈ ਜਾਂਦੇ ਸਾਰੇ ਅਸੀਂ 3 ਸਾਲ ਹੋ ਗਏ ਅਸੀਂ ਬੰਦਾ ਭੇਜਿਆ ਆਪਣਾ ਸਿੰਘ ਗੁਰਪ੍ਰੀਤ ਸਿੰਘ ਇੱਥੋਂ 2 2.5 2 ਸਾਲ ਹੋ ਗਏ ਉਹਨੇ 2 ਸਾਲ ਦੇ ਵਿੱਚ 70 ਕ ਤਕਰੀਬਨ ਘਰ ਬਣਾਏ ਨਵੇਂ ਪਸ਼ੂ ਵੰਡੇ ਗਏ ਜਿਹੜੇ ਪਸ਼ੂਨ ਟ੍ਰੇਨਿੰਗ ਦੇਣੀ ਵੈਟਰਨਰੀ ਸਰਜਨ ਲਈ ਬਟਰਨ ਵੈਟਰਨਰੀ ਡਾਕਟਰ ਲਿਆਂਦੇ ਗਏ ਸਿਖਾਈ ਸੈਂਟਰ ਜਿਹੜੇ ਐਕਸਪੀਰੀਅੰਸ ਦਿੱਤਾ ਗਿਆ ਉਹਨੂੰ ਪਿਸਤਫੀਕਾ ਦਿੱਤਾ ਲੇਡੀਜ਼ ਨੂੰ ਉਹ ਕੱਲੇ ਪਿੰਡ ਚ ਮੇਰੇ ਖਿਆਲ ਦੋ ਢਾਈ ਲੱਖ ਪਾਉਂਡ ਸਾਡਾ ਇੱਕ ਖਰਚ ਹੋਇਆ ਉਹ ਅਸੀਂ ਪਿੰਡ ਨੂੰ ਹੋਰ ਐਕਸਪੈਂਡ ਕਰ ਰਹੇ ਹਾਂ ਅਸੀਂ ਤਾਂ ਪ੍ਰੋਜੈਕਟ ਬਹੁਤ ਕਰ ਰਹੇ ਹਾਂ ਤੇ ਕਰ ਵੀ ਰਹੇ ਨੇ ਪਰ ਸਾਡੇ ਨਾਲ ਜੁੜੋ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਸਪੈਸ਼ਲਿਟੀ ਵੱਡੀਆਂ ਰਜਿਸਟਰਡ ਓਰਗੇਨਾਈਜੇਸ਼ਨ ਜੇ ਜਦੀ ਫੁੱਲ ਅਕਾਉਂਟੇਬਿਲਟੀ ਹੋਵੇ 2-3 ਸਾਲ ਦੇ ਅਕਾਊਂਟ ਸੋਣ ਸਾਡਾ ਕੰਮ ਕਰਨ ਨੂੰ ਤਿਆਰ ਮੈਂ ਕਿਸੇ ਨੂੰ ਨਾ ਨਹੀਂ ਕਰੂੰਗਾ ਭਾਈ ਸਾਹਿਬ ਕੱਲੀ ਸੰਸਥਾ ਕੁਝ ਨਹੀਂ ਕਰ ਸਕਦੀ ਜਿੰਨਾ ਮਰਜੀ ਉੱਥੇ ਤੁਸੀਂ ਪੈਸਾ ਲਾ ਲਓ ਤੁਹਾਨੂੰ ਸਾਰ ਨੂੰ ਰੋਲ ਮਿਲ ਕੇ ਕਰਨਾ ਪੈਣਾ ਕੱਲੇ-ਕੱਲੇ ਗਰੀਬ ਇਲਾਕੇ ਚ ਚੱਕਣ ਲਈ ਟਰਾਂਸਪੈਰੈਂਸੀ ਹੈਗੀ ਆ ਤੁਹਾਡੀ ਸੰਸਥਾ ਜਿੰਨਾ ਇੱਕ ਇੱਕ ਪੈਸਾ ਇੱਕ ਇੱਕ ਰੁਪਿਆ ਆਇਆ ਸੰਗਤ ਜਦੋਂ ਮਰਜੀ ਦੇਖ ਸਕਦੀ ਹੈ ਸਾਡੇ ਯੂਕੇ ਦੇ ਵਿੱਚ ਭਾਈ ਸਾਹਿਬ ਇੱਕ ਹੈਗਾ ਕਾਨੂੰਨ ਨੰਬਰ 1 ਚੈਰਟੀ ਕਮਿਸ਼ਨ ਇਹ ਤੁਹਾਨੂੰ ਰਜਿਸਟਰ ਕਰਕੇ ਤੁਹਾਨੂੰ ਹਰ ਸਾਲ ਅਕਾਊਂਟ ਦੇਣੇ ਪੈਂਦੇ ਆ ਦੂਜੀ ਗੱਲ ਆ ਉਹ ਤੁਹਾਡੀ ਆਪਣੀ ਹੁੰਦੀ ਮਰਜ਼ੀ ਤੁਸੀਂ ਕਿਹੜਾ ਅਕਾਊਂਟ ਰੱਖਣਾ ਪਹਿਲਾਂ ਸਾਡੇ ਹੁੰਦੇ ਸੀ ਮਿਸਟਰ ਸਿੰਘ ਇੱਥੇ ਅਕਾਊਂਟੈਂਟ ਹੁੰਦੇ ਸੀਗੇ ਹੁਣ ਸਾਡੇ ਅਕਾਊਂਟ ਤੇ ਆ ਖਰਚਾ ਜ਼ਿਆਦਾ ਪੈਂਦਾ ਪਰ ਉਹ ਆਹੇ ਆਡੀਟਰ ਇੱਥੇ ਕਰਦੇ ਆ ਯੂਕੇ ਦੇ ਟੌਪ 20 ਆਡੀਟਰ ਕੰਪਨੀ ਆ ਗੋਰੀਆਂ ਦੀ ਹੈਕਰ ਯੰਗ ਉਹ ਇੰਨੀ ਵੱਡੀ ਕੰਪਨੀਆਂ ਵੱਡੇ ਵੱਡੇ ਆਡਿਟ ਕਰਦੇ ਅਸੀਂ ਉਹਨੂੰ ਜਾਣ ਕੇ ਲਿਆਂਦਾ ਪੈਸਾ ਨੂੰ ਚੈੱਕ ਕਰੋ ਸਾਡੇ ਸਿਸਟਮ ਚੈੱਕ ਕਰੋ ਹਰ ਚੀਜ਼ ਦਾ ਪੈ ਤੁਸੀਂ ਆ ਲਿਆਂਦੀ ਕਿੱਥੇ ਵਰਤੀ ਕਿੱਥੇ ਗਈ ਐਂਡ ਹੁਣ ਕਿੱਥੇ ਆ ਸਾਡੇ ਜਿਹੜੇ ਵੀ ਓਰਗੇਨਾਈਜੇਸ਼ਨ ਸਾਡੇ ਬੈਸਟ ਮੋਸਟ ਟਰਾਂਸਪੇਰੈਂਟ ਓਰਗੇਨਾਈਜੇਸ਼ਨ ਕਾਲ ਸਾਈਡ ਐਸੋ ਲਈ ਤੁਹਾਡੀ ਹਾਜ਼ਰੀ ਤੁਸੀਂ ਜਦੋਂ ਇੰਗਲੈਂਡ ਆਉਂਗੇ ਤੁਹਾਨੂੰ ਸਾਰਾ ਦਿਖਾਣਾ ਕਿ ਕਿਦਾਂ ਹਰ ਚੀਜ਼ ਰਿਕਾਰਡ ਕਰੀਦੀ ਆ ਹਰ ਚੀਜ਼ ਖਰਚੀਦੀ ਆ ਕੌਣ ਇੱਥੇ ਪੈਸੇ ਖਰਚ ਲਿਆ ਕਿਦਾਂ ਡਿਸੀਜਨ 메ਕਿੰਗ ਇੱਥੇ ਸਾਡੀ ਜਿਹੜੀ ਟਰਾਂਸਪੇਰੈਂਸੀ ਆ ਸਾਰੀ ਵਰਲਡ ਲੈਵਲ ਆ ਹੁਣ ਅਸੀਂ ਜਿਹੜੇ ਖਾਸ ਕਰ ਇੰਡੀਆ ਖਾਸ ਕਰ ਕੈਨੇਡਾ ਕਾਉਂਸਾਈਡ ਯੂਐਸਏ ਉਹ ਵੀ ਸੇਮ ਸਿਸਟਮ ਫੋਲੋ ਕਰ ਰਹੇ ਯੂਕੇ ਚੈਰਿਟੀ ਕਮਿਸ਼ਨ ਦਾ ਜਿਹੜਾ ਨੰਬਰ 1 ਤੋਂ ਨੀਂਹ ਦਾ ਸਿਸਟਮ ਚੈਰਿਟੀ ਲਈ ਪਈ ਸਾਰੀ ਚੀਜ਼ ਤੁਸੀਂ ਪਟਿਆਲੇ ਜਾਓਗੇ ਜਿਹੜਾ ਮਰਜੀ ਪੁੱਛੋ ਕੁਐਸਚਨ ਅਸੀਂ ਜੀ ਆਨ ਨੂੰ ਕਹਿੰਦੇ ਕੋਈ ਲਕੋਵਾ ਨਹੀਂਗਾ ਇਹ ਵੀ ਰਵੀ ਸਿੰਘ ਦੇਰਾ ਖੋਲ ਕੇ ਬਹਿ ਗਿਆ ਤੇ ਮੈਨੂੰ ਨਾ ਸੋਚੋ ਮੈਨੂੰ ਪੁੱਛੋ ਹਿਸਾਬ ਨਾ ਪੁੱਛੋ ਕੋਈ ਨਹੀਂ ਨਹੀਂ ਤਾਂ ਤੇ ਟਰਸਟ ਕਰਦੇ ਨਹੀਂ ਕਿਸੇ ਦੇ ਟਰਸਟ ਨਾ ਕਰੋ ਜਿੱਥੇ ਸੰਗ ਦੇ ਪੈਸੇ ਆਉਂਦੇ ਆ ਉੱਥੇ ਸੜਨ ਪੁੱਛੋ ਤੁਹਾਡਾ ਹਸਾਬ ਕਿਤਾਬ ਤੁਹਾਡੇ ਵਿਰੋਧੀ ਕਹਿੰਦੇ ਮੋਟੀਆਂ ਤਨਖਾਹਾਂ ਲੈਂਦੇ ਰਵੀ ਸਿੰਘ ਆਮ ਜਾਂ ਸਧਾਰਨ ਮੁੰਡਾ ਸੀ ਛੋਟਾ ਜਿਹਾ ਘਰ ਸੀ ਅੱਜ ਕਰੋੜਾਂ ਦੀਆਂ ਕਾਰਾਂ ਕਰੋੜਾਂ ਕੋਠੀਆਂ ਲੈਵਿਸ਼ ਜ਼ਿੰਦਗੀ ਜਿੰਦੇ ਆ ਖਾਲਸਾ ਏਡ ਦੇ ਸਿਰ ਤੇ ਜੀ ਵੀ ਸਕਦੇ ਆ ਜੇ ਜੀਣੀ ਹੋਵੇ ਜੀ ਵੀ ਸਕਦੇ ਆ ਸੰਗਤ ਇੰਨੀ ਢਾਲੂ ਤਾਂ ਵੀ ਪੈਸੇ ਦੇਈ ਜੋਗੀ ਪਰ ਅਸੀਂ ਕੀ ਲੈ ਕੇ ਜਾਣਾ ਅੱਜ ਤੱਕ ਇੰਸਟੀਚਿਊਨ ਬਣਾਉਣਾ ਦੁਨੀਆ ਨੂੰ ਸਿੱਖਾਂ ਦਾ ਸਾਡੀ ਕਾਰ ਦੇਖ ਲਓ ਆ ਕਿ ਕੀ ਆ ਸਾਡੀ ਤੁਸੀਂ ਆਓ ਤੁਹਾਨੂੰ ਦੇਖੋ ਕਿੰਨੀਆਂ ਸਾਡੀਆਂ ਲੈਵਿਸ਼ ਲਗਜ ਸਟਾਇਲ ਆ ਆਪੇ ਲੱਗ ਜਾਣਾ ਪਤਾ ਤੁਹਾਨੂੰ ਕਿਉਂਕਿ ਇਹਦੇ ਵਿੱਚ ਉਹੀ ਬੰਦੇ ਸਾਨੂੰ ਕਹਿੰਦੇ ਨਾ ਉਹ ਜਾ ਕੇ ਜਫੀਆਂ ਪਾਉਂਦੇ ਲੋਕਾਂ ਨੂੰ ਉੱਥੇ ਪਿੱਛੇ ਬਾਬਿਆਂ ਨੂੰ ਜਿਹੜੇ ਕਰੋੜਪਤੀ ਆ ਉਹਨੂੰ ਸਵਾਲ ਨਹੀਂ ਪੁੱਛਣਾ ਭਈ ਤੁਹਾਡੇ ਅਕਾਊਂਟ ਕਿੱਥੇ ਹਰ ਸਾਖ ਖਾਲਸਾ ਦੇ ਉਂਗਲ ਛਾਈ ਜਾਣੀ ਯਾਨੀ 40 ਸਾਲ 40 ਸਾਲ ਪੰਜਾਬ ਨੂੰ ਡੋਬ ਦਿੱਤਾ ਪੈਸੇ ਬਿਲੀਅਨ ਬਣਾ ਲਏ ਉਹਨੂੰ ਹੀ ਪੁੱਛਣਾ ਬਸ ਖਾਲਸਾ ਨੂੰ ਪੁੱਛਣਾ ਮੈਂ ਤੁਹਾਡੇ ਸਾਹਮਣੇ ਆ ਜੋ ਹੈਗੇ ਅਸੀਂ ਇੱਥੇ ਹੀ ਆ ਸਾਡੇ ਕੋਲ ਕਿੱਥੇ ਜੇ ਅਸੀਂ ਮਿਲੀਅਨ ਬਣਾਣਾ ਭਾਈ ਸਾਹਿਬ ਖਾਲਸਾ ਰਜਿਸਟਰ ਨਹੀਂ ਕਰਨੀ ਸੀ ਜੇ ਮਿਲੀਅਨ ਬਣਾਣਾ ਸਾਰੇ ਖਾਲਸਾ ਮੇਰੀ ਫੈਮਲੀ ਹੋਣੀ ਸੀਗੀ ਬਾਰ ਲਈ ਬੰਦੇ ਜਿਹੜੇ ਪੰਜ ਸਾਢੇ ਟਰਸਟੀ ਇੰਡੀਪੈਂਡੈਂਟ ਉਹ ਨਹੀਂ ਹੁੰਦੇ ਸੀਗੇ ਮੈਂ ਏਦਾਂ ਸੈਟਅਪ ਕੀਤੀ ਪਰਸਨਲੀ ਅੱਜ ਮੈਂ ਮਰ ਜਾਊਗਾ ਆਪਾਂ ਖਾਲਸਾ ਚੱਲੀ ਜਾਊਗੀ ਮੇਰੇ ਦਾ ਨਫਾ ਮੇਰੀ ਫੈਮਲੀ ਨੂੰ ਨਾ ਮੈਨੂੰ ਹੁੰਦਾ ਤਨਖਾਹ ਤਾਂ ਸਾਢ ਅੱਗੋਂ ਤੁਹਾਡਾ ਅੱਗੋਂ ਤੁਹਾਡਾ ਤੁਹਾਡਾ ਬੇਟਾ ਦੇਖੂਗਾ ਰਵੀ ਸਿੰਘ ਤੋਂ ਬਾਅਦ ਰਵੀ ਸਿੰਘ ਦਾ ਬੇਟਾ ਦੇਖੂਗਾ ਖਾਲਸਾ ਇਹ ਏਦਾਂ ਇਹ ਭਾਈ ਸਾਹਿਬ ਇਹ ਸਿਸਤ ਨੂੰ ਚੱਲਦੇ ਇੱਥੇ ਜਿਹੜੇ ਉਹ ਟਮਾ ਲਈ ਬੇਟਾ ਦੇਤਾ ਉਹ ਦੇਤਾ ਵਾਕੀ ਇੱਥੇ ਕਰ ਜੇ ਬੇਟਾ ਕੰਮ ਕਰੂਗਾ 10 ਸਾਲ ਬਾਅਦ ਸੇਵਾ ਕਰੂਗਾ ਕਿਤੇ ਜਾ ਕੇ ਆਪਣੇ ਹੱਥੀ ਦਾ ਫੇ ਜਾ ਕੇ ਆ ਜੂਗਾ নো ਪ੍ਰੋਬਲਮ ਪਈ ਨਹੀਂ ਭਾਈ ਬਣੇ ਬਣਾਏ ਕੇ ਆਪਣੀ ਗੱਦੀ ਦੇ ਜੋ ਅਸੀਂ ਅਸੀਂ ਮੰਨਦੇ ਨਹੀਂ ਗਏ ਜਿਹੜਾ ਬੈਸਟ ਪਰਸਨ ਹੋਊਗਾ ਉਹ ਲੈ ਜਾਊਗੀ ਇਹ ਪਈ ਉਹ ਜਾ ਕੇ ਸੀਈਓ ਬਣੇ ਉਹਦੀ ਰਿਸਪੋਨਸਿਬਿਲਟੀ ਇਕੱਲੀ ਇੱਧਰ ਨਹੀਂ ਉਹ ਬਲੈਕ ਐਂਡ ਵਾਈਟ ਸਰਕਾਰ ਨੇ ਵੀ ਆ ਤੁਸੀਂ ਭਾਈ ਸਾਹਿਬ ਤਨਖਾਹ ਦੀ ਗੱਲ ਕੀਤੀ ਆ ਤਨਖਾਹ ਮੈਂ ਹੁਣ ਵੀ ਕਹਿੰਨਾ ਜਿਹੜੇ ਸਾਡੇ ਵੱਡੇ ਵੱਡੇ ਲੀਡਰਸ਼ਿਪ ਆ ਸਾਡੇ ਕੌਮ ਦੇ ਉਹਨਾਂ ਨੂੰ ਤਨਖਾਹ ਲਾ ਲਓ ਤਨਖਾਹ ਦਿਓ ਜਿੰਨੀ ਮਰਜੀ ਆ ਤੁਹਾਡੀ ਤਨਖਾਹ ਆ ਬਾਕੀ ਖਜ਼ਾਨਾ ਤੁਸੀਂ ਸਾਡੀ ਪਾਗੁੰਮ ਦਿਖਾ ਦੇਣਾ ਕਿੰਨਾ ਆ ਰਿਹਾ ਮੈਂ ਬਲੀਵ ਕਰਦਾ ਜੋ ਤਾਂ ਕਹਿੰਦੀ ਮੈਲਿਨਾ ਤੁਸੀਂ ਪੁੱਛੋ ਬਤਾ ਦੀ ਤੁਸੀਂ ਰੋਜ਼ ਕਿੱਦਾਂ ਪੈਸੇ ਲੈਂਦੇ ਆ ਤਾਂ ਰੋਟੀ ਕਿੱਥੋਂ ਆਉਂਦੀ ਤਨਖਾਹ ਲੈਂਦੇ ਨਹੀਂਗੇ ਤੇ ਦਿਨ ਦਿਹਾੜੀ ਕੰਮ ਕਰਦੇ ਸੰਸਦਾਂ ਦੇ ਪੁੱਛੋ ਕਿੱਥੋਂ ਪੈਸੇ ਹੁੰਦੇ ਆ ਇੱਧਰ ਕੱਢ ਲੈਣੇ ਕਦੇ ਜੇ ਜੋਬ ਕਰ ਲੈਣੇ ਅਸੀਂ ਸਾਰਾ ਸਦਾ ਕੰਟਰੋਲ ਆ ਹਰ ਮਹੀਨੇ ਸਾਨੂੰ ਤਨਖਾਹ ਆਉਂਦੀ ਆ ਸਾਡੀ ਲਾਈਫ ਉਹਦੇ ਵਿੱਚ ਪਲਾਨ ਹੁੰਦੀ ਆ ਕਿੰਨਾ ਖਰਚਾ ਕਰਨਾ ਆਪਣੀ ਮੌਰਗੇ ਤੇ ਕਿੰਨਾ ਰੈਂਟ ਤੇ ਕਿੰਨਾ ਬਾਹਰ ਜਾਣ ਲਈ ਕਿੰਨਾ ਇਹ ਕਿੰਨਾ પેટ્રોલ ਤੇ ਉਹ ਆਪਣੀ ਸਾਡੀ ਤਨਖਾਹ ਮੈਂ ਜਾਣ ਕੇ ਆਪਣੀ ਲੋਈ ਹੋ ਜੇ ਮੈਂ ਮਿਲੀਅਨ ਬਣਨਾ 23 ਸਾਲ ਦੇ ਵਿੱਚ ਤੁਸੀਂ ਮੈਨੂੰ ਅਜੀ ਟੀਵੀ ਨਹੀਂ ਕਰਦੇ ਤੁਸੀਂ ਮੇਰੇ ਕੋਠੀ ਜਾ ਕੇ ਦੇਖਦੇ ਤੇ ਵੱਡੀਆਂ ਕੋਠੀਆਂ ਪੰਜਾਬ ਤੇ ਇੱਥੇ ਮੈਂ ਵੀ ਕਿਤੇ ਇਸੇ ਮਰਸੀਡੀਜ਼ ਤੇ ਰੋਲਸ ਰੋਇਲ ਆ ਕੇ ਘੁੰਮਦਾ ਰੋਜ਼ ਨਮੀ ਨਮੀਆ ਕਾਰਾਂ ਇਹ ਤਾਂ ਇਲਜਾਨ ਵਾਲੀ ਤਾਂ ਕੋਈ ਨਹੀਂ ਫਰਕ ਅਸੀਂ ਉਹ ਨਹੀਂ ਕਹਿੰਨਾ ਉਹਨੇ ਵੀ ਅਰਦਾਸ ਕਰੋ ਕਿ ਉਹਦੀ ਆਤਮਾ ਨੇ ਤੜਫੀ ਸਾਨੂੰ ਮਿਲਦੀ ਤੂੰ ਮਿਲ ਲਵਾ ਕੇ ਅਸੀਂ ਅਸੀਂ ਨਾ ਨਹੀਂ ਕਰਦੇ ਭਾਈ ਸਾਹਿਬ ਸਾਡੀ ਕਿਤਾਬ ਇੱਥੇ ਸਾਰੀ ਖੁੱਲੀ ਆ ਇੱਕ ਐਂਡਰਿਓ ਨਾਮ ਦੇ ਸ਼ਖਸ ਦਾ ਜ਼ਿਕਰ ਆਇਆ ਜੇ ਤੁਸੀਂ ਜਵਾਬ ਦੇਣਾ ਚਾਹੁੰਦੇ ਹੋ ਬਿਲਕੁਲ ਪਰਸਨਲ ਸਵਾਲ ਹੈ ਇਹ ਕਿ ਉਹ ਕਿਆ ਜਾ ਰਿਹਾ ਤੁਹਾਡਾ ਪੁੱਤਰ ਹੈ ਮੇਰੇ ਖਿਆਲ ਐਂਡਰਿਊ ਡਿਕਸੀ ਜਾਂ ਇਸ ਤਰ੍ਹਾਂ ਦਾ ਕੋਈ ਨਾਮ ਲਿਆ ਜਾ ਰਿਹਾ ਹੈ ਕਿ ਉਹ ਇੱਕ ਨੌਜਵਾਨ ਹੈ ਉਹ ਉਹ ਕੋਈ ਕਿਸੇ ਔਰਤ ਦੇ ਨਾਲ ਤੁਹਾਡੇ ਸੰਬੰਧ ਸੀ ਉਹ ਤੁਹਾਡੀ ਦੂਜੀ ਪਤਨੀ ਸੀ ਅੰਗਰੇਜ਼ ਉਹ ਗੋਰੀ ਸੀਗੀ ਤੇ ਉਹ ਤੁਹਾਡਾ ਪੁੱਤਰ ਹੈ ਭਾਈ ਸਾਹਿਬ ਫਸਟ ਫਸਟ ਆਫ 올 ਮੈਂ ਤਾਂ ਫੈਮਿਲੀ ਜਦੋਂ ਡਿਸਕਸ ਨਹੀਂ ਕਰਦਾ ਪਰ ਮੈਂ ਤੁਹਾਨੂੰ ਜਵਾਬ ਦਿੰਦਾ ਐਂਡਰਿਊ ਹੈਗਾ ਇੱਥੇ ਅੰਗਰੇਜ਼ ਉਹ ਗੋਰੇ ਤੋਂ ਵੀ ਗੋਰਾ ਆ ਜੀ ਤੁਸੀਂ ਫੋਟੋ ਦੇਖਿਓ ਉਹਦੀ ਇਹ ਉਹ ਸਾਡਾ ਕੰਮ ਕਰਦਾ ਹੁੰਦਾ ਸੀ ਪਰ ਪਹਿਲਾਂ ਦੱਸੋ ਤੁਹਾਨੂੰ ਇਹ ਖਬਰ ਦਾ ਲੱਗਾ ਕਿਦਾਂ ਪਤਾ ਕਿੱਥੋਂ ਇਹ ਪਈ ਐਂਡਰਿਊ ਦੀ ਖਬਰ ਦਾ ਮੈਂ ਦੇਖੋ ਇਹ 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 ਸੋ ਇਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇਹ ਵਾਇਰਲ ਹੈ ਇੱਕ ਇਹ ਪਬਲਿਕ ਡੋਮੇਨ ਚ ਆਏ ਗੱਲ ਔਰ ਇਹ ਤੁਹਾਡੇ ਤੇ ਸਵਾਲ ਉੱਠ ਰਿਹਾ ਤਾਂ ਕਰਕੇ ਮੈਂ ਸਵਾਲ ਕੀਤਾ ਇਹ ਇਹ ਗੱਲ ਹੁੰਦੀ ਆ ਅੱਜ ਮੈਂ ਕੋਈ ਫੋਟੋ ਪਾਦਾਂ ਮੈਂ ਬੱਚੇ ਦੀ ਕੋਈ ਪੰਜਾਰ ਗਾਣਾ ਪਾਇਆ ਸੱਬ ਮੱਕੜ ਸਾਹਿਬ ਤੁਹਾਡੇ ਦੋ ਬੱਚੇ ਇੱਥੇ ਆ ਤੀ 10 ਦਿਨ ਦੁਨੀਆ ਨੂੰ ਲੋਕਾਂ ਨੇ ਬਸ ਸੋਸ਼ਲ ਮੀਡੀਆ ਤੇ ਗੱਲ ਸੁਣਨ ਲਈ ਓ ਮਾਈ ਗੋਡ ਨੇ ਅੱਛਾ ਵਾਇਗਰੂ ਮੱਕੜ ਦੇ ਫਾਕ ਦੇ ਦੋ ਤਿੰਨ ਬੱਚ ਹੂੰ ਇੱਥੇ ਕੰਮ ਕਰਦਾ ਹੁੰਦਾ ਸੀਗਾ ਮੈਨੂੰ ਉਹਦਾ ਕੋਈ ਦੇਣ ਦੀ ਕੋਈ ਲੋੜ ਨਹੀਂ ਗਈ ਪਰ ਤੁਹਾਨੂੰ ਤੁਹਾਡੀ ਮੈਨੂੰ ਰਿਸਪੈਕਟ ਕਰਦਾ ਐਂਡਰੂ ਇੱਥੇ ਕੰਮ ਕਰਦਾ ਸੀ 3 ਸਾਲ ਵਿਚਾਰਾ ਹੁਣ ਇੱਥੇ ਛੱਡ ਕੇ ਚਲ ਗਿਆ ਕਿਤੇ ਬਾਹਰ ਦੇਸ਼ ਕੰਮ ਕਰਦਾ 3 ਸਾਲ ਸਾਡਾ ਕੰਮ ਨਹੀਂ ਕੀਤਾ ਉਹਦੀ ਤੇ ਮੇਰੀ ਉਮਰ ਵਿੱਚ 13 ਸਾਲ ਦਾ ਫਰਕ ਆ ਇਹ ਤਾਂ ਮਤਲਬ ਮੈਂ ਪੰਜਾਬ ਤੋਂ 12 ਸਾਲ ਦਾ ਆ ਕੇ 1 ਸਾਲ ਮੈਨੂੰ ਬੱਚਾ ਹੋ ਗਿਆ ਤੁਸੀਂ ਸੋਚੋ ਤੇ ਇਹ ਬੰਦੇ ਪੰਮੀ ਪੰ ਦਿਹਾਰੀ ਕੋਈ ਨਾ ਕੁਝ ਲਿਖੀ ਜਾਣਾ ਬਸ ਇਨਾ ਲਿਖਣਾ ਇਨਾ ਲਿਖਣਾ ਮੈਂ ਕਹਿੰਦਾ ਤੁਸੀਂ ਜੋ ਵਧੀਆ ਲਿਖਦੇ ਆ ਕੋਈ ਚਾਜ ਦਾ ਲਿਖ ਲਓ ਕੌਮ ਲਈ ਤੁਹਾਡੇ ਇੱਕ ਟੈਲੈਂਟ ਹੈਗਾ ਲਿਖਣ ਦਾ ਤੇ ਗੰਦ ਪਾਈ ਜਾਣਾ ਚਲੋ ਠੀਕ ਆ ਪਰ ਇਹ ਪੋਜ਼ਿਟਿਵਿਟੀ ਪੋਜ਼ਿਟਿਵ ਗੱਲ ਹੈ ਕਿਉਂਕਿ ਅਸੀਂ ਕਹਿੰਦੇ ਭਈ ਠੀਕ ਆ ਗੱਲ ਕਰ ਲਓ ਕਿਉਂਕਿ ਮੈਂ ਕਹਿੰਦਾ ਉਹਲੇ ਅਰਦਾਸਾਂ ਕਰੋ ਜਿਹੜੇ ਭਈ ਸਾਡੇ ਬਾਰੇ 24 ਘੰਟੇ ਸੋਚਦੇ ਆ ਚੜ੍ਹਦੀ ਕਲਾ ਰਹਿਣ ਪਰ ਸਾਲ ਐਂਡਰੂ ਤਾਂ ਮੇਰਾ 13 ਸਾਲ ਦਾ ਡਿਫਰੈਂਸ ਆ ਆ ਕੇ ਤੁਸੀਂ ਜਦੋਂ ਆਉਂਗੇ ਇੰਗਲੈਂਡ ਤੁਹਾਨੂੰ ਸਾਥ ਵੀ ਲੈਂਦੇ ਤੁਸੀਂ ਦੇਖ ਲਓ ਆ ਕੇ ਇੰਨਾ ਝੂਠ ਬੂਠ ਕੋਈ ਨਹੀਂ ਸਾਨੂੰ ਕੋਈ ਫਰਕ ਨਹੀਂ ਆ ਕਿਉਂਕਿ 2 ਜਿਹੜੇ ਭਈ ਸਾਡੇ ਪੜੇ ਸਵਾਲ ਚੱਕੂਗੇ ਉਹ ਜਿਹੜੇ ਭਈ ਪੰਜਾਬ ਦੀ ਜਿਹੜੀ ਤਬਾਹੀ ਕੀਤੀ ਉਹਦੇ ਖਿਲਾਫ ਕਦੀ ਨਹੀਂ ਬੋਲਦੇ ਉਹ ਵੀ ਸਾਨੂੰ ਪੁੱਛੋ ਭਈ ਸਵਾਲ ਕਿਉਂ ਨਹੀਂ ਬੋਲਦੇ ਕਿਉਂਕਿ ਇਹਦੇ ਵਿੱਚ ਕਿੰਦਾ ਗੱਲ ਆ ਜਣੀ ਕੱਲੀ ਰਵੀ ਸਿੰਘੀ ਕੱਲ ਯਾਦ ਆਉਂਦੀ ਹੋਰ ਕਿਸੇ ਯਾਦ ਨਹੀਂ ਆਉਂਦੀ ਕਿਹਨਾਂ ਨੇ ਕੀਤੀ ਪੰਜਾਬ ਦੀ ਤਬਾਹੀ ਹਾਂਜੀ ਕਿਹਨਾਂ ਨੇ ਕੀਤੀ ਜਿਹੜੀ ਸਾਡੇ ਆਏ ਹਰ ਤਰ੍ਹਾਂ ਹਰ ਤਰ੍ਹਾਂ ਸਾਡੇ ਪੋਲਿਟਿਸ਼ਨ ਆਏ 84 ਮਗਰੋਂ ਕਿੰਨੇ ਤਰ੍ਹਾਂ ਦੇ ਕਾਂਗਰਸ ਆਏ ਕਾਲੀਦਾਲਾ ਆਏ ਏਪੀ ਹੁਣ ਆ ਗਏ ਆ ਉਹਨੂੰ ਪੁੱਛੋ ਤਿੰਨ ਪਾਰਟੀਆਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਤੇ ਭਾਜੀਪੀ ਵੀ ਆਈ ਆ ਚਾਰ ਪਾਰਟੀਆਂ ਹੋਏ ਉਹਨੂੰ ਪੁੱਛ ਲਓ ਤੁਸੀਂ ਪੰਜਾਬ ਦਾ ਕਿੱਥੇ ਰਹਿ ਗਏ ਪੁੱਛ ਲਓ ਖੁੱਲੀ ਮੈਂ ਤਾਂ ਕਹਿੰਦਾ ਨਹੀਂ ਨਾ ਪੁੱਛੋ ਪੁੱਛੋ ਜਾ ਕੇ ਭਈ ਪੰਜਾਬ ਪਿੱਛੇ ਕਿੱਦਾਂ ਰਹਿ ਗਿਆ ਅੱਜ ਉਹ ਅੱਜ ਪੰਜਾਬ ਦਾ ਹਾਲ ਆ ਜੇ ਕਈ ਵਾਰੀ ਸਿਰੌਲਾ ਪੈਂਦਾ ਦੂਜੀਆਂ ਕੌਮਾਂ ਦੂਜੇ ਧਰਮਾਂ ਆ ਕੇ ਸਾਡੇ ਗਰੀਬ ਉਹ ਮੈਂ ਕੋਈ ਮੁੜ ਕੇ ਗੱਲ ਕਰਦਾ ਸਾਡੇ ਬਦਲੀ ਜਾਂਦੇ ਆ ਇੰਨੀ ਗਰੀਬੀ ਪਿੰਡਾਂ ਦੇ ਵਿੱਚ ਇਲਾਜ ਨਹੀਂ ਹੁੰਦਾ ਇੱਥੋਂ ਅਸੀਂ ਬਹਿ ਕੇ ਇੱਥੋਂ ਲੰਡਨ 'ਚ ਬਹਿ ਕੇ ਇਲਾਜ ਕਰਾ ਰਹੇ ਆ ਪੰਜਾਬ ਦੇ ਵਿੱਚ ਯਾਰੀ ਸਾਡੇ ਪੰਜਾਬ ਚ ਸਰਕਾਰ ਆਈਆਂ 40 45 ਸਾਲ ਉਵੇਂ ਪੁੱਛੋ ਵੀ ਤੁਸੀਂ ਕਿਉਂ ਨਹੀਂ ਕਰਾਇਆ ਇੱਕ ਸਵਾਲ ਮੇਰਾ ਆਖਰੀ ਹੈ ਇਹ ਵੀ ਚਰਚਾ ਹੋ ਰਹੀ ਹੈ ਵੀ ਲੰਗਰਾਂ ਵੱਲ ਕੌਮ ਨਾ ਤੁਰੇ ਕੌਮ ਨੂੰ ਦੇਖ ਦੇ ਨਾਲ ਤੇਗ ਵੀ ਖੜਕਾਉਣੀ ਚਾਹੀਦੀ ਹੈ ਤੁਸੀਂ ਸਹਿਮਤ ਹੈਗੇ ਹੋ ਇਸ ਗੱਲ ਨਾਲ ਦੇਖ ਤੇ ਇੱਕ ਫਤਿਹ ਅਸੀਂ ਬਲੀਵ ਕਰਦੇ ਹਾਂ ਭਾਈ ਸਾਹਿਬ ਮੈਂ ਮੁੜ ਕੇ ਫੇਰ ਤੁਹਾਨੂੰ ਜਵਾਬ ਦਿੰਦਾ ਮੇਰੀ ਫੇਸਬੁੱਕ ਖਾਸ ਕਰਕੇ ਫੇਸਬੁੱਕ ਖੁੱਲੀ ਆ ਸਰਚ ਕਰ ਲਓ ਜਾ ਕੇ ਕਿੰਨੇ ਲੰਗਰ ਲਾਏ ਤੇ ਕਿੰਨੇ ਘਰ ਬਣਾਏ ਆ ਕਿੰਨੇ ਇੱਥੇ ਹੋਰ ਪਵੰਦ ਕਾਰਗੀਆਂ ਕੀਤੀਆਂ ਕਿੰਨੇ ਹੋਰ ਪ੍ਰੋਜੈਕਟ ਕੀਤੇ ਪੰਜਾਬ ਤੇ ਦੁਨੀਆ ਵਿੱਚ ਲੰਗਰ ਉਦੋਂ ਲੱਗਦਾ ਜਿੱਥੇ ਭੁੱਖ ਹੁੰਦੀ ਆ ਤੁਹਾਡਾ ਕੀ ਖਿਆਲ ਹੈ ਭਈ ਜਿਹੜੇ ਭਈ ਗੱਲਾਂ ਕਰਦੇ ਸੀ ਭਈ ਲੰਗਰ ਚਾਹ ਨਾ ਲਾਈ ਜਾਂਦੇ ਰੋਜ਼ ਜਾ ਕੇ ਇਸਾਂ ਦੀ ਸ਼ੌਂਕ ਹੈ ਲੰਗਰ ਲਾਉਣ ਦਾ ਜਦੋਂ ਮੈਂ 2019 ਚ ਪਹੁੰਚਿਆ ਸੀਗਾ ਇਰਾਕ ਦੇ ਬਾਰਡਰ ਤੇ ਸੀਰੀਆ ਦੇ ਬਾਰਡਰ ਵਿੱਚ ਤਿੰਨ ਦਿਨ ਲੱਗੇ ਸੀ ਬੱਚਿਆਂ ਤੋਂ ਬਜ਼ੁਰਗਾਂ ਤੋੜ ਨੂੰ ਠੰਡ ਦੇ ਵਿੱਚ ਪਹਾੜਾਂ ਤੇ ਉੱਥੇ ਸਾਨੂੰ ਸਣ ਚ ਖੜੇ ਨਹੀਂ ਹੋ ਸਕ ਖੜੇ ਨਹੀਂ ਹੋ ਹੁੰਦਾ ਸੀਗਾ ਉਹਨਾਂ ਨੇ ਲੰਗਰ ਉਹਨਾਂ ਨੇ ਸਾਰਾ ਕੁਝ ਲਾਇਆ ਅਸੀਂ ਮੁੜ ਕੇ ਵੀ ਲਾਵਾਂਗੇ ਕਿਉਂਕਿ ਜਿੱਥੇ ਲੋਕ ਲ ਪਰ ਜਿੱਥੇ ਲੰਗਰ ਲੈ ਨਹੀਂ ਲੋੜਿਆ ਉੱਥੇ ਸੋਚੋ ਉਥੇ ਸਾਦਾ ਥੋੜਾ ਜਿਹਾ ਥੋੜਾ ਜਿਹਾ ਲੰਗਰ ਰੱਖੋ ਇੱਥੇ ਜਿੱਦਾਂ ਯੂਕੇ ਗੁਰਦਵਾਰਾ ਯੂਐਸ ਕੈਨੇਡਾ ਇੱਥੇ ਇਹਨਾਂ ਬੇ ਪੰਜ ਸਾਲ ਲੰਗਰ ਰੱਖਣੀ ਲੋੜ ਦੀਗੀ ਜਿੱਥੇ ਲੋੜਿਆ ਚਲਾਓ ਕਿ ਲੰਗਰ ਚਲਾਵ ਦਿੱਤਾ ਫਿਰ ਉਹਦੇ ਵਿੱਚ ਕੀ ਹੋ ਕੀ ਗਿਆ ਸਿੱਖਾਂ ਦਾ ਨੱਕ ਉੱਚਾ ਵੱਧਾ ਲੰਗਰ ਹੀ ਕਹਾ ਕਿਦਾ ਢੇਡੀ ਭਰਿਆ ਇਸ ਨੂੰ ਸੋਨਾ ਭਰ ਕੇ ਟਰੱਕ ਭੇਜਤਾ ਕਿਸੇ ਨੂੰ ਲੰਗਰ ਤਾਂ ਤੁਸੀਂ 1000 ਦੀ ਪਨੀ 1000 ਡਾਲਰ ਦਾ ਕਿੰਨੇ ਹਜ਼ਾਰ ਨੂੰ ਭਰ ਸਕਦੇ ਇਹਦੇ ਵਿੱਚ ਕੀ ਇਹਦੇ ਵਿੱਚ ਗਲਤੀ ਆ ਜੇ ਕਿ ਘੇੜ ਕੇ ਗਰੀਬ ਦਾ ਢੇਡ ਭਰ ਦਿੱਤਾ ਕੋਈ ਤਾਂ ਮੇਰੇ ਕੋਈ ਆਪਣਾ ਜਿਹੜਾ ਵੀ ਸਿੱਖ ਸਿੱਖੀ ਦੇ ਪਿੱਛੇ ਆ ਸਿੱਖੀ ਗੁਰੂ ਨਾਨਕ ਦੇਵ ਜੀ ਦੇ ਸਿੱਖੀ ਵਾਲੇ ਆ ਭਈ ਕਿਹਦਾ ਢਿੱਡ ਭਰਨਾ ਕੋਈ ਕ੍ਰਾਇਮ ਹੋਈ ਅੱਜਕੱਲ ਲੰਗਰ ਲੰਗਰ ਇੱਕ ਇੰਨੀ ਵੱਡੀ ਕਨਸੈਪਟ ਸਿੱਖੀ ਵਿੱਚ ਸਾਰੀ ਦੁਨੀਆ ਨੂੰ ਇਕੱਠੇ ਕਰਦੇ ਆ ਹਰ ਇੱਕ ਧਰਮ ਨੂੰ ਇਕੱਠੇ ਕਰਕੇ ਹਰ ਧਰਮ ਥੱਲੇ ਆ ਕੇ ਥੱਲੇ ਬਹਿ ਕੇ ਇੱਕ ਬਰਾਬਰਤਾ ਦੇ ਵਿੱਚ ਛੱਕ ਦੇ ਲੰਗਰ ਆ ਕੇ ਉਹਦੇ ਵਿੱਚ ਕੋਈ ਫਰਕ ਨਹੀਂ ਕੋਣ ਹੋਵੇ ਬੀਬੀ ਹੋਵੇ ਬਾਪੂ ਹੋਵੇ ਕਾਲਾ ਹੋਵੇ ਛਟਾ ਹੋਵੇ ਮੁਸਲਮਾਨ ਹੋਵੇ ਸਾਈ ਹੋਵੇ ਇਹ ਇੱਕ ਪਾਵਰਫੁਲ ਕਨਸੈਪਟ ਆ ਤੇ ਜੇ ਤੁਸੀਂ ਲੰਗਰ ਲਾਤੇ 24 ਘੰਟੇ ਫੇਕ ਹੀ ਹੋ ਗਿਆ ਉਹ ਲੰਗਰ ਲਾਓ ਜੇ ਕਿ ਅੱਡੀ ਲੋਕਾਂ ਨੇ ਖਾਣਾ ਹੀ ਖਾਣਾ ਇਹ ਤੋਂ ਵੀ ਤੁਸੀਂ ਉਹਦੇ ਵੀ ਆਪਣੇ ਸਾਰੇ ਖਜ਼ਾਨੇ ਖਾਲੀ ਕਰ ਰਹੇ ਆ ਇੱਕ ਮੇਰੀ ਇਹ ਵੀ ਆ ਚੈਲੰਜ ਪਈ ਪੰਜਾਬ ਦੇ ਵਿੱਚ ਜਿਹੜਾ ਮੈਂ ਕਿਹਾ ਸੀ ਇਕੱਠੇ ਕੰਮ ਕਰੀਏ ਇਹ ਮੈਂ ਬਹੁਤ ਚਾਹੁੰਦਾ ਆ ਪਈ ਜਿਹੜੀਆਂ ਸਾਡੀਆਂ ਸੰਸਥਾ ਜਿਹੜੀਆਂ 2-3 ਸਾਲ ਰਜਿਸਟਰਡ ਆ ਅਕਾਊਂਟ ਆ ਮੈਂ ਬਿਲਕੁਲ ਅਪੀਲ ਕਰਦਾ ਖੁੱਲੇ ਦਿਲ ਦੇ ਨਾਲ ਸਾਡੇ ਨਾਲ ਜੁੜੋ ਅਸੀਂ ਤੁਹਾਡੇ ਨਾਲ ਜੁੜਾਂਗੇ ਤੁਸੀਂ ਆਪਣਾ ਕੰਮ ਕਰੀ ਜਾਓ ਅਸੀਂ ਆਪਣਾ ਇੱਕ ਅਸੀਂ ਆਪਣੀ ਸਾਂਝੀ ਸੋਚ ਮੜ ਜੀ ਤੁਰੀਏ ਜਿੱਥੇ ਭਲਾ ਕਰ ਸਕਦੇ ਪੰਜਾਬ ਵਿੱਚ ਕਿਦਾਂ এডਿਕੇਸ਼ਨ ਦਾ ਵੈਲਫੇਅਰ ਦਾ ਜੇ ਤੁਸੀਂ ਬਸ ਅਸੀਂ 40 45 ਸਾਲ ਕਹ ਲੋ ਸਟੇਜਾਂ ਜੋਗੇ ਰਹਿ ਗਏ ਤੇ ਜਾਂ ਅਸੀਂ ਬਸ ਇੱਕ ਦੂਜੇ ਦੀ ਉਂਗਲਾਂ ਠੇ ਰਹਿ ਗਏ ਸਾਨੂੰ ਪਤਾ ਕੰਮ ਕੀ ਪਿਆ ਆ ਅਸੀਂ ਹਰ ਚੀਜ਼ ਸੋਚ ਕੇ ਤੁਰ ਰਹੇ ਆ ਅਸੀਂ ਪਲਾਨ ਬਣਾ ਰਹੇ ਆ ਹੁਣ ਦਾਲਸੀ ਸੈਂਟਰ ਖੋਲ ਦਿੱਤਾ ਇੱਕ ਹੁਣ ਹੋਰ ਪਲਾਨ ਕਰ ਰਹੇ ਆ ਹੁਣ ਅਸੀਂ ਸਾਰੀ ਟੀਮ ਨਾਲ ਰਲ ਮਿਲ ਕੇ ਕਿਹੜੇ ਲੈਵਲ ਤੇ ਜਾਣਾ ਆ ਉਹ ਵੀ ਕਰ ਰਹੇ ਆ ਪਰ ਇਹ ਕੱਲੀ ਸੰਸਥਾ ਭਾਈ ਸਾਹਿਬ ਨਹੀਂ ਕਰ ਸਕਦੀ ਸਾਡੇ ਉੱਪਰ ਇਲਜ਼ਾਮ ਲਾਉਣੇ ਠੀਕ ਆ ਲਾਈ ਜੋ ਪਰ ਜਿਹੜਾ ਕੰਮ ਕਰਨਾ ਉਹ ਵੀ ਕਰੀਏ ਕਿਉਂਕਿ ਅਸੀਂ ਪਿੱਛੇ ਰਹਿਣਾ ਨਹੀਂ ਤਾਂ ਪੰਜਾਬ ਜਿੱਦਾਂ 40 ਸਾਲ ਅਸੀਂ ਨਾ ਪਿੱਛੇ ਬਸ ਇੱਕ ਦੂਜੇ ਨਾਲ ਲੜੀ ਜਾਂਦੇ ਇੱਕ ਦੂਜੇ ਥੱਲੇ ਆਈ ਜਾਂਦੇ ਕੋਈ ਇਹਦੇ ਉਂਗਲਾਂ ਸੌਂਦਾ ਕੋਈ ਪਰੰਗਲ ਸੌਂਦਾ ਸਟੇਜਾਂ ਤੇ ਭਾਈ ਸਾਹਿਬ 2062 ਤੇ ਵਿੱਚ ਵੀ ਇਹ 2063 'ਚ ਵੀ ਇਹੀ ਗੱਲ ਹੋਣੀ ਆ ਕਿਉਂਕਿ ਜੇ ਅਸੀਂ ਨਹੀਂ 40 ਸਾਲ ਵੀ ਇਦਾਂ ਨਿਕਲ ਜਾਣੇ ਸਾਡੇ ਪਹਿਲਾਂ ਜਦੋਂ 40 ਸਾਲ ਨਿਕਲੇ ਇੱਕ ਦੂਜੇ ਨੂੰ ਢਾਹ ਜਾਣਾ ਕੁੱਟੀ ਜਾਣਾ ਤੂੰ ਇਹ ਆ ਤੂੰ ਉਹ ਆ ਜਾਂ ਕੋਈ ਸੋਸ਼ਲ ਮੀਡੀਆ ਤੇ ਇੱਕ ਕਹ ਲੋ ਕਿ ਸੱਚਾਈ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਆ ਗਈ ਬਸ ਹੋਰ ਪੁੱਛੋ ਨਾ ਬੰਦੇ ਨੂੰ ਜੋ ਕਹ ਤੁਨ ਰਵੀ ਸਿੰਘ ਜੀ ਤੁਹਾਨੂੰ ਨਿੱਜੀ ਤੌਰ ਤੇ ਨਿੱਜੀ ਤੌਰ ਤੇ ਇਫੈਕਟ ਕਰਦੀ ਹੈ ਸੋਸ਼ਲ ਮੀਡੀਆ ਤੇ ਜਦੋਂ ਵਿਰੋਧ ਹੁੰਦਾ ਹੈ ਜਾਂ ਪੋਸਟਾਂ ਪੈਂਦੀਆਂ ਤੰਗ ਕਰਦੀ ਹੈ ਤੁਹਾਨੂੰ ਇਹ ਚੀਜ਼ ਬਿਲਕੁਲ ਨਹੀਂ ਕਿਉਂਕਿ ਸਾਡਾ ਜਿਹੜਾ ਮੇਰਾ ਜਿਹੜਾ ਸੁਹਾ ਆ ਮੈਂ ਮੈਂ ਵੀ ਬਿਲਕੁਲ ਜਦੋਂ ਖਾਸ ਵਾਲੇ ਦੇ ਸਾਨੂੰ ਬਹੁਤ ਹੀ ਮੁਸ਼ਕਲਾਂ ਆਈਆਂ ਬਹੁਤ ਆਬਸਕਲ ਰਾਏ ਦੁਨੀਆ ਦੇ ਵਿੱਚ ਜਿਹਦਾ ਬਾਹਰ ਅਸਮਾਲੀਆ ਕਾਂਗੋ ਬਹੁਤ ਡੇਂਜਰਸ ਹਨ ਖਤਰਨਾਕ ਹਨ ਤੇ ਜਾਣਾ ਪਰ ਮੇਰੇ ਵੀ ਇੱਕ ਟੀਸ ਬਣਾਇਆ ਮੈਂ ਵੀ ਬਹੁਤ ਟੀਸ ਲਿਆ ਪਰ ਮੈਨੂੰ ਕੋਈ ਇਦਾਂ ਦਾ ਕੋਈ ਨਹੀਂਗਾ ਮੈਂ ਤਾਂ ਕਹਿੰਦਾ ਕਰੋ ਜੋ ਮਰਜੀ ਕਰੋ ਮੈਂ ਤਾਂ ਜੋ ਆਪਣੇ ਪੋਸਟ ਆਪਣੇ ਪਾਈ ਜਾਣਾ ਜੇ ਕੋਈ ਨੈਗੇਟਿਵ ਲਿਖ ਦੇ ਮੈਂ ਬਲੌਕ ਕਰ ਦਿੰਦਾ ਮੈਂ ਕਈ ਵਾਰੀ ਦੇਖਦਾ ਵੀ ਨਹੀਂ ਕੀ ਹੋ ਰਿਹਾ ਕਿਉਂਕਿ ਮੈਂ ਆਪਣੇ ਕੰਮ ਤੇ ਅਸੀਂ ਬਿਜ਼ੀ ਆ ਇੱਥੇ ਪ੍ਰੋਜੈਕਟ ਆ ਸਾਡੀ ਦੁਨੀਆ ਪ੍ਰੋਜੈਕਟ ਚੱਲ ਰਿਹਾ ਆ ਸਾਡੀ ਖਾਸ ਸਾਈਟ ਵੱਧ ਰਹੀ ਆ ਪਿਆਰ ਵੱਧ ਰਿਹਾ ਸੰਗ ਦੇ ਨਾਲ ਅਸੀਂ ਅਕਾਊਂਟੇਬਲ ਆ ਅਸੀਂ ਟਰਾਂਸਪੇਰੈਂਟ ਆ ਅਸੀਂ ਸਾਰੇ ਹਸਤਾਖਰ ਆ ਦਿਖਾਉਂਦੇ ਆ ਜੇ ਨਹੀਂ ਨਹੀਂ ਜਿਹੜੇ ਨਹੀਂ ਦਿਖਾਉਂਦੇ ਅਸੀਂ ਉਹਨੂੰ ਚੁੱਪਦੇ ਆ ਕਿਉਂਕਿ ਮੈਂ ਘੜੀ ਘੜੀ ਕਹਿੰਦਾ ਸਾਰੇ ਟਰਾਂਸਪੇਰੈਂਟ ਹੋਵੋ ਸਾਡੇ ਕੰਮ ਦਿਖਾ ਲਓ ਪਰ ਉਹ ਤਾਂ ਸਾਡੇ ਉੱਪਰ ਹੋਣੀ ਹੀ ਆ ਪਰ ਅਸੀਂ ਤਾਂ ਬਿਲਕੁਲ ਚੜ੍ਹਦੀ ਕਲਾ ਤੁਸੀਂ ਖਾਲਸਾ ਰਾਜ ਦੀ ਮੰਨਸ਼ਾ ਰੱਖਦੇ ਹੋ ਖਾਲਸਾ ਰਾਜ ਦੀ ਕੌਣ ਨਹੀਂ ਮੰਗਦਾ ਕੌਣ ਨਹੀਂ ਕੌਣ ਨਹੀਂ ਮੰਗਦਾ ਖਾਲਸਾ ਰਾਜ ਅਸੀਂ ਮਹਾਰਾਜ ਰਣਜੀਤ ਸਿੰਘ ਉਹਨਾਂ ਦੀ ਟੀਸ਼ਰਾਂ ਪਾਉਂਦੇ ਸਵੈਚਰ ਪਾਉਂਦੇ ਉਹ ਸ਼ੋਹਰ ਲਈ ਥੋੜਾ ਪਾਉਂਦੇ ਭਾਈ ਸਾਹਿਬ ਖਾਲਸਾ ਰਾਜ ਥੱਲੇ ਸਾਰੀ ਦੁਨੀਆ ਬਸੂਗੀ ਇਹ ਨਹੀਂ ਪਏ ਇਕੱਲੇ ਸਿੱਖ ਜਦੋਂ ਅਸੀਂ ਕਹਿੰਦੇ ਭਾਈ ਖਾਲਸਾ ਰਾਜ ਉਹ ਤਾਂ ਦੇਖੋ ਕੀ ਆ ਖਾਲਸਾ ਰਾਜ ਵਿੱਚ ਸਾਰਾ ਕੁਝ ਆਉਂਦਾ ਕੋਈ ਸਿੱਖ ਨਹੀਂਗਾ ਜਿਹੜਾ ਖਾਲਸਾ ਰਾਜ ਰਾਜ ਨਹੀਂ ਮੰਗਦਾ ਦੀਪ ਸਿੱਧੂ ਨੂੰ ਮਿਸ ਕਰਦੇ ਦੀਪ ਸਿੱਧੂ ਵਾਜ਼ ਹਾਈਲੀ ਇੰਟੈਲੈਕਚੁਅਲ ਬਹੁਤ ਪੜਿਆ ਲਿਖਿਆ ਇੱਕ ਨੌਜਵਾਨ ਸੀਗਾ ਜਿਹੜਾ ਭਈ ਅ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜਿਹਦੇ ਪੋਏ ਗਾਲਾਂ ਕੱਢਣੀਆਂ ਇੱਕ ਦੂਜੇ ਨੂੰ ਕੰਦੀਆਂ ਪੈਣੀਆਂ ਮਾਂ ਪੈਣਾਂ ਦੀਆਂ ਦੀਪ ਸਿੱਧੂ ਜਦੋਂ ਉਹਦੇ ਉੱਪਰ ਬਹੁਤ ਹੀ ਜਿਹਦਾ ਭਈ ਜ਼ੋਰ ਪਾਇਆ ਗਿਆ ਹਰ ਤਰ੍ਹਾਂ ਤੋਂ ਤਾਂ ਵੀ ਉਹਨੇ ਡਿਪਲੋਮੈਟਿਕਲੀ ਇੰਟੈਲੀਜੈਂਟ ਬਹੁਤ ਪੜੇ ਲਿਖੇ ਵਾਂਗ ਜਵਾਬ ਦਿੱਤਾ ਗਿਆ ਨਾ ਕੋਈ ਗੁੱਸਾ ਕਰਨਾ ਨਾ ਕੋਈ ਰੋਲਾ ਪਾਣਾ ਸਟੇਜਾਂ ਤੇ ਸਿੱਧਾ ਜਾ ਕੇ ਪਿਆਰ ਦੇ ਨਾਲ ਤਾਂ ਵੀ ਜਵਾਬ ਦੇਣਾ ਜਦੋਂ ਪ੍ਰਚਨਕ ਤੇ ਦੀਪ ਸਿੱਧੂ ਹਣਾਂ ਨੇ ਖਾਲਸਾ ਸਾਹਿਬ ਦਾ ਕਿੰਨੀ ਵਾਰ ਜਿਗਰਾ ਕੀਤਾ ਜਿਗਰਾ ਕੀਤਾ ਬਹੁਤ ਵਾਰੀ ਉਹਨਾਂ ਨੇ ਖਾਲਸਾਡ ਮੈਂਸ਼ਨ ਕੀਤੀ ਖਾਲਸਾਡ ਟੀ-ਸ਼ਰਟ ਵੀ ਪਾਈਆਂ ਤੇ ਉਹਨਾਂ ਦੇ ਉਹਨਾਂ ਦੇ ਜਾਣ ਤੋਂ ਪਹਿਲਾਂ ਇੱਕ ਮਹੀਨੇ ਬਣ ਗੱਲ ਵੀ ਹੋਈ ਸੀ ਫੋਨ ਤੇ ਗੱਲਬਾਤ ਮੈਸੇਜ ਵੀ ਹੋਏ ਇੱਥੇ ਮੈਂ ਇੰਟਰਵਿਊ ਵੀ ਕੀਤੀ ਸੀ ਅੰਦੋਲਨ ਤੋਂ ਉਹਨਾਂ ਨਾਲ ਪਾਈ ਸਾਹ ਬਣਾਉਣਾ ਇਦਾਂ ਦੇ ਜਿਹੜੇ ਭਈ ਸਾਡੇ ਨੌਜਵਾਨ ਸਾਨੂੰ ਬਹੁਤ ਲੋੜਿਆ ਜਿਹੜੇ ਭਈ ਸਾਰਿਆਂ ਨਾਲ ਤੋਰਨ ਨੂੰ ਤਿਆਰ ਆ ਪਰ ਮਾੜੇ ਸ਼ਬਦ ਨਹੀਂ ਬੋਲਦੇ ਗਾਲਾਂ ਨਹੀਂ ਕੱਢਦੇ ਨਾ ਇਨਕਰੇਜ ਕਰਦੇ ਬਹੁਤ ਪਿਆਰ ਦੇ ਨਾਲ ਆਪਣੇ ਦੋਸ਼ ਨੂੰ ਵੀ ਬਹੁਤ ਪਿਆਰ ਨਾਲ ਸੁਣਾਉਂਦੇ ਸਾਨੂੰ ਵੀ ਇਹ ਸੋਚਣਾ ਪੈਣਾ ਮੈਂ ਵੀ ਪਹਿਲਾਂ ਕਿੰਨਾ ਚਿਰ ਤੋਂ ਕਹਿਣਾ ਭਈ ਜਦੋਂ ਅਸੀਂ ਮਾੜੇ ਜਵਾਨ ਜਦੋਂ ਭਈ ਮਾੜੀ ਬੋਲੀ ਬੋਲੀ ਦੀ ਕਿਸੇ ਨੂੰ ਗਾਲਾਂ ਕੱਢੀ ਦੀਆਂ ਇਹ ਸਾਡੇ ਖਿਲਾਫ ਹੀ ਚੱਲਦੀਆਂ ਜਿੰਨੇ ਮਰਜ਼ੀ ਕੱਢੀਓ ਕਿਸੇ ਨੂੰ ਇਹ ਕੌਮ ਲਈ ਚੰਗਾ ਨਹੀਂਗਾ ਦੀਪ ਸਿੱਧੂ ਵਰਗੇ ਸਾਨੂੰ ਬਹੁਤ ਚਾਹੀਦੇ ਆ ਜਿਹੜੇ ਭਈ ਆਪਣੇ ਸੋਚ ਸਮਝ ਕੇ ਭਈ ਡਿਪਲੋਮੈਟਿਕ ਤਰ੍ਹਾਂ ਨਾਲ ਬੋਲਦੇ ਸੀ ਤੁਹਾਡੇ ਵਿਰੋਧ ਚ ਵੀ ਉਹੀ ਆ ਕੇ ਖੜੇ ਜਿਹੜੇ ਕਿਸੇ ਵੇਲੇ ਦੀਪ ਦੇ ਸਭ ਤੋਂ ਨੇੜੇ ਸੀਗੇ ਤੁਸੀਂ ਵੀ ਨੇੜੇ ਸੀ ਉਹ ਵੀ ਨੇੜੇ ਸੀ ਤੁਹਾਡੇ ਵਿਰੋਧ ਚ ਵੀ ਉਹੀ ਆ ਕੇ ਖੜੇ ਲੋਕ ਕੋਈ ਨਹੀਂ ਭਾਈ ਸਾਹਿਬ ਇਹ ਤਾਂ ਸਾਨੂੰ ਫਿਕਰ ਨਹੀਂਗਾ ਸਾਨੂੰ ਪਤਾ ਪਈ ਜਿਹੜਾ ਦੀਪ ਸਿੱਧੂ ਦਾ ਪਿਆਰ ਸੀਗਾ ਖਾਸ ਆਈਡ ਨਾਲ ਉਹ ਮੇਰੇ ਖਿਆਲ ਕਦੀ ਕਦੀ ਕਿਸੇ ਹੋਰ ਜਥੇਬੰਦ ਨੂੰ ਮੈਂਸ਼ਨ ਕੀਤਾ ਹੋਣਾ ਖਾਸ ਵਾਲੇ ਖਾਸ ਆਈਡ ਨੇ ਹਰ ਵਾਰੀ ਉਹਨੂੰ ਸਪੋਰਟ ਦਿੱਤਾ ਜਦੋਂ ਪਹਿਲੀ ਵਾਰੀ ਅੰਦੋਲਨ ਸ਼ੁਰੂ ਹੋਇਆ ਪਈ ਜਦੋਂ ਫਾਰਮਰਜ਼ ਦਾ ਪ੍ਰੋਟੈਸਟ ਚੱਲਿਆ ਸ਼ੰਭੂ ਬਾਰਡਰ ਚੱਲਿਆ ਉਸ ਵੇਲੇ ਸਪੋਰਟ ਦੇ ਤਸੰਦ ਨੂੰ ਰਿਕੁਐਸਟ ਆਈ ਮਗਰੋਂ ਵਿੱਚ ਕਰੀ ਗਈ ਗੱਲਾਂ ਵੀ ਇਥੋਂ ਚੱਲੀਆਂ ਗਈਆਂ ਅੰਦੋਲਨ ਦੇ ਮਗਰੋਂ ਵੀ ਗੱਲ ਚੱਲੀ ਉਹ ਤਾਂ ਬਹੁਤ ਚੜ੍ਹਦੀ ਕਲਾ ਸੀਗੇ ਜਿਵੇਂ ਕਾਰਨਾ ਕਰੀ ਜਾਣ ਅਸੀਂ ਕਹਿੰਦੇ ਅਸੀਂ ਘੜੀ ਘੜੀ ਹੋਏ ਕਹਿੰਦੇ ਅ ਇਹ ਕੋਈ ਵੀ ਕਰ ਦੇ ਮਾੜੀਆਂ ਗੱਲਾਂ ਕਰ ਦੇ ਕੋਈ ਫਰਕ ਨਹੀਂਗਾ ਉਹ ਵੀ ਭਈ ਚੜ੍ਹਦੀ ਕਲਾ ਰਹਿਣ ਕਿਉਂਕਿ ਅਸੀਂ ਤਾਂ ਵਸ ਦੀਪ ਸਿੱਧੂ ਜੋ ਗੱਲਾਂ ਕਰਕੇ ਉਹ ਡਿਪਲੋਮੈਟਿਕਲੀ ਇੱਕ ਸਬਕ ਸਿਖਾ ਕੇ ਆਇਆ ਸਾਰਿਆਂ ਨੂੰ ਉਤੋਂ ਤੁਰੋ ਜਿਹੜੇ ਭਈ ਮਾੜਾ ਬੋਲਦੇ ਗੰਦ ਬੋਲਦੇ ਮਾਂ ਭੈਣਾਂ ਦੀਆਂ ਗੱਲਾਂ ਕਰਦੇ ਉਤੋਂ ਦੂਰ ਰੋਵੋ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਪਰ ਜਾਂਦੇ ਜਾਂਦੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਤੁਹਾਡੇ ਘਰ ਹੋ ਕੇ ਗਏ ਆ ਉਸ ਦਿਨ ਦੀ ਯਾਦ ਜ਼ਰੂਰ ਸਾਂਝੀ ਕਰੋ ਕੀ ਗੱਲਬਾਤ ਹੋਈ ਉਹਨਾਂ ਦੇ ਨਾਲ ਹਾਂਜੀ ਉਹਨਾਂ ਦੇ ਇਸ ਵਾਰੀ ਪਿਛਲੇ ਪਿਛਲੀ ਵਾਰੀ ਉਹਦੀ ਮੰਮੀ ਡੈਡੀ ਮੇ ਬਾਹਰ ਇੱਥੇ ਮਲੇ ਸੀਗੇ ਤੇ ਇਸ ਵਾਰ ਉਹਨਾਂ ਦੇ ਡੈਡੀ ਹੁਣੇ ਘਰ ਆਏ ਸੀਗੇ ਤੇ ਬੜਾ ਦੁੱਖ ਹੁੰਦਾ ਕਿਉਂਕਿ ਤੁਹਾਨੂੰ ਪਤਾ ਨੌਜਵਾਨ ਪੋਤੇ ਦਾ ਚਲ ਜਵੇ ਤੇ ਭਾਈ ਸਾਹਿਬ ਦਾ ਚੜ੍ਹਦੀ ਕਲਾ ਆ ਪਰ ਬਹੁਤ ਹੀ ਜਿੱਦਾਂ ਭਈ ਅੰਦਰੋਂ ਵੀ ਕਾਫੀ ਜਿੱਦਾਂ ਭਈ ਬਹੁਤ ਹੀ ਚੜ੍ਹਦੀ ਕਲਾ ਤੇ ਸਟਰੋਂਗ ਆ ਸਟਰੈਂਥ ਬਹੁਤ ਉਹਨਾਂ ਦਾ ਜਿੱਦਾਂ ਭਈ ਅੰਦਰ ਦਾ ਉਹਨਾਂ ਦਾ ਸਟਰੈਂਥ ਭਈ ਉਹ ਆਪਣੇ ਲਈ ਇਨਸਾਫ ਲਵਦੇ ਆਪਣੇ ਮੁੰਡੇ ਲਈ ਭਈ ਕੀ ਹੋਇਆ ਤੇ ਮੇਰਾ ਖਿਆਲ ਇਦਾਂ ਦੇ ਭਾਈ ਸਾਹਿਬ ਵਰਗੇ ਜਿਹੜੇ ਭਈ ਇਸ ਲੈਵਲ ਤੇ ਤੁਰਿਓ ਆ ਉਹਨੂੰ ਤਾਂ ਓਨਲੀ ਲੋੜ ਵੀ ਨਹੀਂ ਜੇ ਕਿਉਂਕਿ ਪੈਸੇ ਦੀ ਘਾਟ ਨਹੀਂ ਆ ਰਹੀ ਸਿੱਧੂ ਹੋਣਾਂ ਦੇ ਕਾਫੀ ਗੀਤ ਵੀ ਚੱਲ ਰਹੇ ਆ ਪਰ ਉਹਨਾਂ ਦਾ ਜਿਹੜਾ ਪਿਆਰ ਆ ਭਈ ਮੈਂ ਆਪਣੇ ਮੁੰਡੇ ਲਈ ਇਨਸਾਫ ਲੈਣਾ ਉਹ ਤਾਂ ਭਈ ਦੇਖ ਕੇ ਤਾਂ ਤੁਹਾਡਾ ਵੀ ਦਿਲ ਦਿਲ ਵੀ ਹਿਲਦਾ ਆ ਆਤਮਾ ਵੀ ਹਿਲਦੀ ਭਈ ਦੇਖੋ ਇਹ ਭਾਈ ਸਾਹਿਬ ਕਿੰਨੇ ਰਾਸਤੇ ਤੁਰੇ ਹੋ ਆ ਜੋ ਮਰਜ਼ੀ ਹੋ ਜਵੇ ਇਹ ਇੰਨੇ ਸੀ ਇਨਸਾਫ ਲਾ ਕੇ ਲੈਣਾ ਰਹਿਣਾ ਤੇ ਅਸੀਂ ਵੀ ਸਾਡੀ ਵੀ ਇਹੀ ਆ ਭਈ ਸਾਰੇ ਜਿਹੜੇ ਭਈ ਸਾਡੀ ਇੱਕ ਮਾੜੀ ਕਿਸਮਤ ਆ ਅਸੀਂ 2-3 ਹਫ਼ਤੇ ਗੱਲਾਂ ਕਰਦੇ ਇਦਾਂ ਨਹੀਂ ਫਿਰ ਰਹਿਣ ਦਿੰਦੇ ਨੇ ਤੁਸੀਂ ਇਦਾਂ ਦੇ ਭਾਈ ਸਾਹਿਬ ਨੂੰ ਨਿਊਜ਼ ਚ ਰੱਖੋ ਖਬਰਾਂ ਚ ਰੱਖੋ ਤੇ ਸਾਡੇ ਸ਼ੇਅਰ ਕਰੋ ਪੋਸਟ ਤੇ ਇਹਨੂੰ ਮਿਲੇ ਪਰ ਤੁਹਾਨੂੰ ਪਤਾ ਵੀ ਪੰਜਾਬ ਤੇ ਇੰਡੀਆ ਵਿੱਚ ਇਨਸਾਫ ਸਪੈਸ਼ਲੀ ਗਵਰਨਮੈਂਟ ਲੈਵਲ ਤੇ ਕਿੰਨਾ ਔਖਾ ਹੁੰਦਾ ਪਰ ਭਾਈ ਸਾਹਿਬ ਇੰਨਾ ਥ੍ਰੈਟ ਇਹਨਾਂ ਤੇ ਉਹਨਾਂ ਦੀ ਲਾਈਫ ਤੇ ਵੀ ਥ੍ਰੈਟ ਆ ਇਹਨਾਂ ਦੀ ਜ਼ਿੰਦਗੀ ਵੀ ਥ੍ਰੈਟ ਅਸਵੇਲੇ ਆਗਾ ਬਹੁਤੀ ਪੁਲਿਸ ਵੀ ਕਾਫੀ ਇਹਦੇ ਘਰ ਆਲੇ ਘੁੰਮਦੀ ਆ ਤਾਂ ਵੀ ਨਹੀਂ ਇਹ ਜਦ ਇਨਸਾਫ ਤੋਂ ਪਿੱਛੇ ਹਟਦੇ ਬਹੁਤ ਧੰਨਵਾਦ ਰਵੀ ਸਿੰਘ ਜੀ ਖੁੱਲ ਕੇ ਗੱਲਾਂ ਕੀਤੀਆਂ ਔਰ ਤੁਸੀਂ ਤਮਾਮ ਸਵਾਲਾਂ ਦੇ ਜਵਾਬ ਦਿੱਤੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਮਸਾਹੇ ਭਾਈ ਗੁਰਜੀ ਕੀ ਫਤਿਹ